ਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਸਿਆਸੀ ਬਾਦ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਗੱਲਬਤ ਅਸੀਂ ਕਿਸਾਨੀ ਅੰਦੋਲਨ ਤੋਂ ਸ਼ੁਰੂ ਕਰਾਂਗੇ ਰੇਲ ਰੋਕੋ ਅੰਦੋਲਨ ਕਿਸਾਨਾਂ ਨੇ ਕੀਤਾ ਉਧਰਲੇ ਪਾਸੇ ਲਗਾਤਾਰ ਜਿਹੜਾ ਪ੍ਰੈਸ਼ਰ ਬੀਜਪੀ ਸਰਕਾਰ ਕੇਂਦਰ ਸਰਕਾਰ ਤੇ ਬਣਾਇਆ ਜਾ ਰਿਹਾ ਕਿ ਲਖੀਮਪੁਰ ਖੀਰੀ ਘਟਨਾ ਤੋਂ ਬਾਅਦ ਉਸ ਕਤਲੇਆਮ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਲਿਆ ਜਾ ਰਿਹਾ ਉਸ ਨੂੰ ਕੇਂਦਰੀ ਕੈਬਨਿਟ ਦੇ ਵਿੱਚੋਂ ਬਾਹਰ ਦਾ ਰਸਤਾ ਕਿਉਂ ਨਹੀਂ ਵਿਖਾਇਆ ਜਾ ਰਿਹਾ ਇਹਦੇ ਨਾਲ ਨਾਲ ਰਕੇਸ਼ ਟਕੈਤ ਉਹਨਾਂ ਦਾ ਬਿਆਨ ਵੀ ਐਮੀਐਨਟ ਰੱਖਦਾ ਜਿਹਦੇ ਵਿੱਚੋਂ ਕਹਿੰਦੇ ਨੇ ਕਿ ਸਰਕਾਰ ਕੋਈ ਵੱਡੀ ਸਾਜ਼ਿਸ਼ ਜਿਹੜੀ ਹੈ ਕਰ ਸਕਦੀ ਹੈ ਕਿਸਾਨਾ ਗੁਆੜੇ ਸੁਨੇਹਾ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸਿੰਘੂ ਬਾਰਡਰ ਤੋਂ ਲੈ ਕੇ ਜਿੰਨੇ ਕਿਸਾਨਾਂ ਦੇ ਖੇਤੀ ਕਰੂਨਾ ਦਾ ਹੋਰ ਜਿੰਨੀਆਂ ਇਹਦੇ ਨਾਲ ਜੁੜੀਆਂ ਰੇਟਾਂ ਨੇ ਉਹਨਾਂ ਨੂੰ ਵੀ ਸੁਣਵਾਈ ਹੈ ਇਸ ਲਈ ਕਿਸਾਨ ਜਿੰਨੇ ਵੀ ਕਿਸਾਨ ਹਿੱਤ ਐਸ਼ੀ ਨੇ ਉਹ ਸਾਰੇ ਜਿਹੜੇ ਨੇ ਉਹ ਸਰਹੱਦਾ ਦੇ ਉੱਤੇ ਜਿਹੜੀਆਂ ਦਿੱਲੀ ਦੀਆਂ ਸਰਹੱਦਾ ਦੇ ਇੱਥੇ ਕਿਸਾਨ ਬੈਠੇ ਨੇ ਬਾਰਡਰ ਤੇ ਸਿੰਘੂ ਟਿੱਕਰੀ ਗਾਜ਼ੀਪੁਰ ਇੱਥੇ ਪਹੁੰਚੜ ਆਪਣੀ ਆਮਦ ਵਧਾਉਣ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣਾਇਆ ਜਾ ਸਕੇ ਇਹਦੇ ਨਾਲ ਹੀ ਨਿਹੰਗ ਸਿੰਘ ਜਥੇਬੰਦੀਆਂ ਦਾ ਮਾਮਲਾ ਹਾਲੇ ਸ਼ਾਂਤ ਨਹੀਂ ਹੋਇਆ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਮਾਮਲਾ ਅੱਗੇ ਵਧਿਆ ਪਰ ਇਹਦੇ ਵਿੱਚ ਨਿਹੰਗਾ ਨੇ ਮਹਾਪੰਚਾਇਤ ਸੱਦ ਲਈ ਹੈ ਗੱਲਬਾਤ ਉਹਦੇ ਉੱਤੇ ਵੀ ਕਰਾਂਗੇ ਨਾਲ ਨਾਲ ਗੱਲ ਹੋਏਗੀ ਕਿ ਜੰਮੂ ਕਸ਼ਮੀਰ ਦੇ ਵਿੱਚ ਜ ਦੇ ਨਾਲ ਆ ਕਹਿ ਸਕਦੇ ਆ ਕਿ ਨਿਸ਼ਾਨਾ ਬਣਾ ਕੇ ਨਾਨ ਕਸ਼ਮੀਰੀਆਂ ਜਿਹੜੇ ਨੇ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜੰਮੂ ਦੇ ਵਿੱਚ ਜੋ ਕੁਝ ਹੋ ਰਿਹਾ ਇਹਨਾਂ ਘਟਨਾਵਾਂ ਦੇ ਉੱਤੇ ਆ ਬੀਜੇਪੀ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ ਆ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ ਉਹ ਕੀ ਕੁਝ ਕਹਿ ਰਹੇ ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਕਵਰ ਪੰਜਾਬ ਦੀ ਸਿਆਸਤ ਤੋਂ ਵੀ ਹੋਏਗੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਰਾਤ ਰਾਤ ਪਰ ਮੀਟਿੰਗਾਂ ਫਰੀਦ ਚੌਧਰੀ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਵਿਚਾਲੇ ਤਾਲਮੇਲ ਬਣਾ ਰਹੇ ਨੇ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਹੋਏਗੀ ਕਿ ਮੀਟਿੰਗਾਂ ਚੱਲ ਰਹੀਆਂ ਨੇ ਪਰ ਪੰਜਾਬ ਦੇ ਮੁੱਦੇ ਪੰਜਾਬ ਦੀਆਂ ਮੰਗਾਂ ਪੰਜਾਬ ਦੇ ਲੋਕ ਉਸੇ ਤਰ੍ਹਾਂ ਧਰਨੇ ਉਸੇ ਤਰ੍ਹਾਂ ਪ੍ਰਦਰਸ਼ਨ ਉਸੇ ਤਰ੍ਹਾਂ ਖੁਦਕੁਸ਼ੀਆਂ ਭਾਵੇਂ ਗੁਲਾਬ ਗੁਈ ਸੰਡੀ ਦਾ ਮਾਮਲਾ ਹੋਵੇ ਭਾਵੇਂ ਖੇਤ ਮਜ਼ਦੂਰਾਂ ਦਾ ਹੋਵੇ ਜਾਂ ਫਿਰ ਕਿਸਾਨ ਖੁਦਕੁਸ਼ੀਆਂ ਕਿਸੇ ਵੀ ਟੰਗ ਦੀਆਂ ਹੋਣ ਉਹਵੇਂ ਜਿਵੇਂ ਚੱਲ ਰਹੀਆਂ स्वागत ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਜੀ ਨਾਲ ਨਾਲ ਗੱਲ ਮੈਂ ਸਵਾਲ ਇੱਕ ਆਖਰੀ ਜੋੜਦੇ ਆ ਸ਼ਾਇਦ ਰਹਿ ਗਿਆ ਕਿ ਰਾਮ ਰਹੀਮ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਉਮਰ ਕੈਦ ਦੀ ਹੋਰ ਮਾਮਲੇ ਦੇ ਵਿੱਚ ਉਹ ਵੀ ਵਿਚਾਰਾ ਪ੍ਰੋਫੈਸਰ ਜੀ ਸਭ ਤੋਂ ਪਹਿਲਾਂ ਕਿਸਾਨਾਂ ਦੇ ਅੰਦੋਲਨ ਨੂੰ ਕਿਸ ਤਰ੍ਹਾਂ ਹੁਣ ਅੱਗੇ ਜਿਹੜਾ ਜਿਵੇਂ ਰਿਕਵੈਸਟ ਕਹਿ ਤੋਹਰਾ ਨੇ ਕਿਹਾ ਕਿ ਇਸ ਕੁਝ ਨਵਾਂ ਜਿਹੜਾ ਸਾਜ਼ਿਸ਼ ਦੇ ਅਧੀਨ ਕਿਸਾਨਾਂ ਦੇ ਅੰਦੋਲਨ ਨੂੰ ਖਡਾਉਣ ਦੇ ਲਈ ਜਾ ਕਿਸਾਨਾਂ ਦੇ ਅੰਦੋਲਨ ਦੇ ਉੱਤੇ ਹਮਲਾਵਰ ਹੋਣ ਦੇ ਲਈ ਇਹ ਸਿੰਘੂ ਦੀ ਘਟਨਾ ਤੋਂ ਬਾਅਦ ਅੰਜਾਮ ਦਿੱਤਾ ਜਾ ਸਕਦਾ ਹੈ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਸੁਖਿੰਦਰ ਜੀ ਕਿ ਅੱਜ ਮੈਂ ਖੁਦ ਸ਼ਾਮਲ ਹੋਇਆ ਸੀਗਾ ਰੇਲ ਰੋਕੋ ਚ ਮਹਾਲੀ ਵਾਲੇ ਰੇਲਵੇ ਸਟੇਸ਼ਨ ਤੇ ਫਾਰਮਰਸ ਇਕੱਠੇ ਹੋਏ ਸੀਗੇ ਸਾਰੇ ਦੇਸ਼ ਦੀਆਂ ਖਬਰਾਂ ਹੁਣ ਆ ਚੁੱਕੀਆਂ ਆ ਕਿ ਵੈਸੇ ਮਹਿਕਮਾ ਤੇ ਇਹ ਕਹਿ ਰਿਹਾ ਕਿ 50 ਜਿਹੜੀਆਂ ਗੱਡੀਆਂ ਉਹਨਾਂ ਨੂੰ ਕੈਨਸਲ ਕਰਨਾ ਪਿਆ ਖਾਸ ਕਰਕੇ ਅੰਬਾਲਾ ਵਾਲਾ ਜਿਹੜੀ ਡਿਵੀਜ਼ਨ ਹੈ ਔਰ ਪੰਜਾਬ ਵਾਲੀ ਜਿਹੜੀ ਫਿਰੋਜ਼ਪੁਰ ਵਾਲੀ ਡਿਵੀਜ਼ਨ ਹੈ ਇਹ ਕਾਫੀ ਪ੍ਰਭਾਵਿਤ ਹੋਈ ਹੈ ਜਣੀ ਪੰਜਾਬ ਦੇ ਵਿੱਚ ਹਰਿਆਣੇ ਹਿਆਣੇ ਜਾਉਂਦੋਂ ਅੱਗੇ ਜਾਣ ਵਾਲੀਆਂ ਟ੍ਰੇਨਸ ਆ ਕਾਫੀ ਪ੍ਰਭਾਵਿਤ ਹੋਈਆਂ ਤੇ ਪਹਿਲੀ ਵਾਰੀ ਰੇਲ ਰੋਕ ਨਹੀਂ ਹੋਇਆ ਪਿਛਲੇ ਸਾਲ 20 ਸਤੰਬਰ ਅਕਤੂਬਰ ਦੇ ਵਿੱਚ ਮੇਰਾ ਕਹਿ ਨਵੰਬਰ ਤੱਕ ਹੀ ਚਲਾ ਗਿਆ ਸੀ 6 ਨਵੰਬਰ ਤੱਕ 20 ਸਤੰਬਰ ਤੋਂ ਸ਼ੁਰੂ ਹੋ ਕੇ ਰੇਲ ਰੋਕ ਕੋ ਚੱਲਿਆ ਸੀਗਾ ਔਰ ਰੋਡ ਤਕਰੀਬਨ ਡੇਢ ਮਹੀਨਾ ਚੱਲਿਆ ਸੀ ਉਦੋਂ ਵੀ 1300 ਕਰੋੜ ਦਾ ਜਿਹੜਾ ਨੁਕਸਾਨ ਸਾਡੀ ਸਰਕਾਰ ਨੂੰ ਗੱਡੀਆਂ ਤੇ ਰੋਕਣ ਕਰਕੇ ਪੰਜਾਬ ਦੇ ਵਿੱਚੋਂ ਸਹਿਣਾ ਪਿਆ ਸੀ ਬਰਦਾਸ਼ਤ ਕਰਨਾ ਪਿਆ ਸੀਗਾ ਤੇ ਇੱਕ ਯੂਨੀਅਨ ਤੇ ਬਹੁਤ ਦੇਰ ਤੱਕ ਰੇਲ ਰੋਕ ਕੇ ਉਦੋਂ ਬਾਅਦ ਵੀ ਬੈਠੇ ਰਹੇ ਸੀ ਸਵਾਲ ਇਹ ਹੈ ਕਿ بار بار ਇਸ ਤਰੀਕੇ ਨਾਲ ਕਿਉਂ ਕਰਨਾ ਪੈਂਦਾ ਮੁੱਦੇ ਹੋਈਆ ਪਰ ਮੁੱਦਿਆਂ ਦੇ ਵਿੱਚ ਨਵੀਂ-ਨਵੀਂ ਸਿਆਸਤ ਜਿਹੜੀ ਆ ਜੁੜਦੀ ਰਹਿੰਦੀ ਆ ਪਹਿਲਾਂ ਸਰਕਾਰ ਨੂੰ ਇਹ ਲੱਗਦਾ ਸੀ ਕੋਈ ਨਹੀਂ ਇਤਨਾ ਨੂੰ ਜਾਣ ਹੀ ਨਹੀਂ ਦੇਵਾਂਗੇ ਜਦੋਂ ਚਲੇ ਗਏ ਕਿਸਾਨ ਉੱਥੇ ਬਾਰਡਰਾਂ ਤੇ ਬਹਿ ਗਏ ਤਾਂ ਉਦੋਂ ਬਾਅਦ ਇਹਨਾਂ ਨੂੰ ਲੱਗਾ ਕਿ ਇਹਨਾਂ ਨੂੰ ਰਾਜਨੀਤੀ ਕਰਕੇ ਲੇਬਲ ਕਰਕੇ ਦੇਖੋ ਜੀ ਇਹ ਪਾਕਿਸਤਾਨੀ ਤੇ ਚਾਈਨੀ ਬੈਕ ਡਾਹ ਜੀ ਖਾਲਸਤਾਨੀਆਂ ਜਾਂ ਕਾਂਗਰਸ ਦਾ ਸਪੌਂਸਰਡ ਹੈ ਇਹ ਉਹ ਨਕਸਲਾਈਟ ਹੈ ਇਹਨਾਂ ਚਾਣ ਬੜਿਆ ਕਾਮਰੇਡ ਆ ਕੇ ਕਾਮਰੇਡ ਨਾ ਹੋਗੇ ਕੋਈ ਭੂਤ ਹੋਗੇ ਇਸ ਕਿਸਮ ਦੀਆਂ ਉਹਨਾਂ ਨੇ ਕਾਫੀ ਲੇਬਲ ਲਾ ਕੇ ਤੇ ਕੋਸ਼ਿਸ਼ ਕੀਤੀ ਕਿ ਲੋਕਾਂ ਦੇ ਵਿੱਚ ਫੁੱਟ ਪਾਈ ਜਾਏ ਉਹ ਨਹੀਂ ਪਾਈ ਜਾ ਸਕੀ ਸਗੋਪਰਾ ਪਿਆਰ ਜਿਹੜਾ ਸਾਰਾ ਵਧਿਆ ਫਿਰ ਆਖਰੀ ਗੱਲ ਜਿਹੜੀ ਚਾਲ ਚੱਲੀ ਉਹ ਜਿਹੜੀ ਲਾਲ ਕਿਲੇ ਵਾਲੀ ਉਹ ਵੀ ਉਹਦਾ ਉਹਨੇ ਪ੍ਰਭਾਵ ਤੇ ਬਹੁਤ ਪਾਇਆ ਜੇ ਉਹ ਨਾ ਸਾਂਭਿਆ ਜਾਂਦਾ ਲਾਸਟ ਮੂਮੈਂਟ ਤੇ ਤੇ ਸ਼ਾਇਦ ਸਭ ਤੋਂ ਵੱਧ ਇਸ ਮੂਮੈਂਟ ਦੇ ਉੱਤੇ ਕਾਟਕ ਹਮਲਾ ਜਾਂ ਛਾਜਿਸ਼ ਉਹੀ ਸੀ ਜਿਹੜੀ ਕਾਮਯਾਬ ਹੁੰਦੀ ਹੁੰਦੀ ਫੇਲ ਹੋ ਗਈ ਅਏ ਇਹਦੋਂ ਅੱਗੇ ਹੁਣ ਲਗਾਤਾਰ ਸੋਚ ਰਹੇ ਕਿ ਹੁਣ ਕਰੀਏ ਕੀ ਉਹਨਾਂ ਨੂੰ ਐਂਜ ਲੱਗਦਾ ਕਿ ਫਿਰ ਇਹਨਾਂ ਨੂੰ ਕੁੱਟੋ ਮਾਰੋ ਹੋਰ ਕਿੰਨਾ ਚਿਰ ਬੈਠੋਗੇ ਕਰੀਓ ਕਰਨਾਲ ਐਸਡੀਐਮ ਵੱਲੋਂ ਕੀਤਾ ਜਾਂਦਾ ਕਦੀ ਖੱਟੜ ਚੀਫ ਮਿਨਿਸਟਰ ਫਿਰ ਕਹਿੰਦਾ ਕਿ ਆਪਣੇ ਆਰਐਸਐਸ ਨੂੰ ਵਰਕਰਾਂ ਨੂੰ ਵੰਗਾਰਦਾ ਵੀ ਕਾਦ ਲਈ ਤੁਹਾਨੂੰ ਲਾਠੀਆਂ ਚਲਾਉਣੀਆਂ ਤੁਸੀਂ ਲਾਠੀਆਂ ਜੇ ਸਿਖਾਈਆਂ ਤੇ ਉਹਦਾ ਵਰਤ ਮਰਥੋਂ ਵੀ ਕਰੀ ਦੀਓ ਉਹ ਕੱਲਾ ਕੋਈ ਮਨੋਰੰਜਨ ਲਈ ਨਹੀਂ ਹੈ ਹੁਣ ਲੋੜ ਆ ਦੇਸ਼ ਨੂੰ ਕੌਮ ਨੂੰ ਫਾਰਮਰ ਨੂੰ ਕੁੱਟਣ ਦੀ ਉਹਨਾਂ ਦੇ ਹੱਡ ਜਿਹੜੇ ਸੇਕਣ ਦੀ ਲੋੜ ਬੜਾ ਤੁਸੀਂ ਆ ਜਾਓ ਮੈਦਾਨ 'ਚ ਫਾਰਮਰ ਵੀ ਅੱਗੇ ਬੈਠੇ ਆ ਉਹ ਤੇ ਕਿਹੜਾ ਡਰਦੇ ਉਹ ਤੇ ਚਾਹੁੰਦੇ ਆ ਵੀ ਇਹੋ ਜਿਹਾ ਕੋਈ ਆਏ ਪਰ ਉਸ ਗੱਲ ਦਾ ਉਹਨਾਂ ਨੇ ਬਿਆਨ ਤੁਹਾਨੂੰ ਪਤਾ ਉਹ ਮਾਫੀ ਮੰਗ ਕੇ ਵਾਪਸ ਲੈ ਲਿਆ। ਇਹਦੋਂ ਬਾਅਦ ਜਿਹੜਾ ਸਭ ਤੋਂ ਘਾਤਕ ਜਿਹੜਾ ਹੋਇਆ ਉਲਕੀਪੁਰ ਖੀਰੀ ਵਾਲਾ ਉਹਨੇ ਤੇ ਪੂਰਾ ਦੁਨੀਆ ਦਾ ਰੌਂਗ ਟੇ ਖੜੇ ਕਰ ਦਿੱਤੇ। ਉਹ ਏਡਾ ਬਿਸ਼ਰਮੀ ਵਾਲਾ ਸਾਰਾ ਕੰਮ ਆ ਕੇ ਨਾ ਪ੍ਰਧਾਨ ਮੰਤਰੀ ਨਾ ਗ੍ਰਹਿ ਮੰਤਰੀ ਨਾ ਯੋਗੀ ਕੋਈ ਮੂੰਹ ਨਹੀਂ ਖੋਲਦੇ ਕਿ ਇਸ ਦੀ ਨਿੰਦਿਆ ਹੀ ਕਰਤੀਏ ਐਕਸ਼ਨ ਤੇ ਕੀ ਲੈਣਾ ਹੈ ਇਨਕੁਆਰੀ ਤੇ ਕੀ ਕਰਨੀ ਜਿਹੜੇ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨਿੰਦਿਆ ਨਹੀਂ ਕਰ ਰਹੇ ਕਿਸਾਨਾਂ ਦੇ ਨਾਲ ਨਹੀਂ ਖੜੇ ਉਥੇ ਇਨਸਾਫ ਤੇ ਉਥੇ ਇਨਕੁਆਰੀ ਤਹਿਕੀकात ਐਸਆਈਟੀ 2 ਬਣਾ ਲੈਣ 4 ਬਣਾ ਲੈਣ ਉਹਦੇ ਚੋਂ ਕੀ ਨਿਕਲੂਗਾ ਉਹਦੇ ਚੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਸ ਕਰ ਜਦੋਂ ਟੈਣੀ ਜੇ ਨੂੰ ਕਹਿੰਦੇ ਆ ਜਾਨੀ ਅਜੇ ਮਿਸ਼ਰਾ ਉਥੋਂ ਦੇ ਜੇ ਨਾਵਾਂ ਤੇ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਕਿਹੋ ਜਿਹੇ ਬੰਦੇ ਹੋਣਗੇ ਉਹ ਟੈਣੀ ਸਾਹਿਬ ਜਿਹੜੇ ਆ ਉਹ ਹੀ ਨਹੀਂ ਅਸਤੀਫਾ ਦੇ ਰਹੇ ਤੇ ਆਪਾਂ ਇਥੋਂ ਵੀ ਇਸ ਗੱਲ ਦੀ ਸਾਫ਼-ਸਾਫ਼ ਸਿਗਨਲ ਆ ਕਿ ਕਿਸਾਨ ਅਸੀਂ ਜੋ ਮਰਜੀ ਉਹ ਕਰਨ ਅਸੀਂ ਉਹਨਾਂ ਦੀ ਸੁਣਨੀ ਨਹੀਂ ਅੱਜ ਦੇ ਰੇਲ ਰੁਕੋ ਬਾਰੇ ਵੀ ਮੀਡੀਆ ਗੱਲਾਂ ਕਰ ਰਿਹਾ ਸੀ ਵੀ ਇੰਨਾ ਕੁਝ ਹੋ ਗਿਆ ਤੁਸੀਂ ਅੱਜ ਰੇਲ ਰੋਕ ਕੇ ਕੀ ਕਰੋਗੇ ਕੀ ਸਰਕਾਰ ਸੁਣੂਗੀ ਕਿਉਂ ਨਹੀਂ ਸੁਣੂਗੀ ਸਰਕਾਰ ਅਸੀਂ ਕੋਈ ਏਡੇ ਕਾਲੇ ਨਹੀਂ ਇੱਧਰ ਉਸੀ ਐਕਸ਼ਨ ਕਰਗੇ ਇੱਧਰ ਉਸੀ ਇਡਤਾਲ ਕਰਗੇ ਇੱਧਰ ਰੇ ਰੋਕੀਏ ਤੇ ਉੱਧਰ ਜਾ ਕੇ ਮੋਦੀ ਜੀ ਕਹਿਣ ਛੇਤੀ ਛੇਤੀ ਆਓ ਯਾਰ ਤੁਸੀਂ ਅਸੀਂ ਤੇ ਡਰ ਗਏ ਆ ਉਹ ਡਰੇ ਹੋਏ ਹੈ ਕਰਿਆ ਬੰਦਾ ਹੀ ਇਹੋ ਜੇ ਹਮਲੇ ਕਰਦਾ ਛਾਛਾ ਰਾਜ ਦਾ ਪਰ ਉਹ ਮੈਨਾ ਮੰਨੂ ਵਾਲੀ ਗੱਲ ਹੈ ਉਹ ਸਮਝਦੇ ਪਰ ਸਰਕਾਰ ਚੱਲੂਗੀ ਕਿਵੇਂ ਜੇ ਐਸੀ ਲੋਕਾਂ ਦਾ ਮੂਵਮੈਂਟਸ ਦੇ ਅੰਦੋਲਨ ਦੇ ਸਾਹਮਣੇ ਟਹਿ ਟੇਰੀ ਹੋ ਗਏ ਤਾਂ ਫੇਰ ਅਸੀਂ ਕਿਸ ਤਰੀਕੇ ਦੇ ਨਾਲ ਅਗਲੀ ਸਰਕਾਰ ਜਿਹੜੇ ਬਾਕੀ ਕਾਨੂੰਨ ਪੁੱਠੇ ਸਿੱਧੇ ਬਣਾਉਣੇ ਆ ਉਸ ਲਈ ਤਾਕਤ ਕਿੱਥੋਂ ਲਵਾਂਗੇ ਇਹ ਕਾਫੀ ਉਹਨਾਂ ਲਈ ਚੁਣੌਤੀ ਜਿਹੜਾ ਟਕੈਦ ਦਾ ਬਿਆਨ ਕਹਿੰਦੀ ਆ ਮੈਨੂੰ ਲੱਗਦਾ ਉਹਦੇ ਚ ਵੀ ਕਾਫੀ ਦਮ ਕਾਮ ਨੇ ਸਿੰਗੂ ਬਾਰਡਰ ਤੇ ਜੋ ਸਾਰਾ ਹੋਣਾ ਹੋਇਆ ਉਹਦੇ ਚ ਫੇਰ ਦੁਬਾਰਾ ਕਿਸਾਨ ਲੀਡਰਾਂ ਨੇ ਵੀਡੀਓ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਵੀ ਦੁਬਾਰਾ ਵੀ ਉਸ ਗੱਲ ਨੂੰ ਕਿਹਾ ਡੱਲੇਵਾਲ ਸਾਹਿਬ ਦਾ ਵੀ ਬਿਆਨ ਆ ਗਿਆ ਸੀ ਕਿ ਇਸ ਦੀ thorough inquiry ਹੋਣੀ ਚਾਹੀਦੀ ਇੱਕ ਬੰਦਾ ਜਿਹਨੂੰ ਲਖਵੀਰ ਨਾਂ ਦਾ ਉੱਥੇ ਕਿਵੇਂ ਪਹੁੰਚਿਆ ਉਹਦੇ ਕੋਲ ਸਿਰਫ 50 ਰੁਪਏ ਸੀ ਉਹ ਆੜਤ ਦਾ ਕੰਮ ਕਰਦਾ ਸੀ ਚੁਭਾਲ ਗਿਆ ਸੀ ਚੁਭਾਲ ਚ ਕੀ ਉਹਦੇ ਜਿਹੜੇ ਆੜਤੀਏ ਨੇ ਉਹਨੂੰ ਉੱਥੋਂ ਪੈਸੇ ਦਿੱਤੇ ਜਾਂ 30000 ਰੁਪਏ ਉਹਦੇ ਕੋਲ ਕਿੱਥੋਂ ਆਇਆ ਉਹ ਕੀ ਕਰਨ ਆਇਆ ਸੀ ਇਹ ਗੱਲ ਵੀ ਤੈਕੀਕਾ ਕਰਦੀ ਆ ਕਿ ਜਿਹੜੇ ਢੰਗ ਸਹਿਬਾਨਾ ਨੇ ਉਹਨਾਂ ਦੇ ਤੇ ਹਮਲਾ ਕਰਕੇ ਹੱਥ ਵੱਢ ਕੇ ਪ੍ਰਦਰਸ਼ਨ ਕੀਤਾ ਆਪਣਾ ਜ਼ਾਲਮਾਨਾ ਐਕਸ਼ਨ ਦਾ ਜਿੱਥੇ ਸਾਰੇ ਲੋਕਾਂ ਦੇ ਜਿਹੜੇ ਮਨਵਾਦੀ ਲੋਕ ਆ ਉਹਨਾਂ ਦੇ ਦਿਲ ਪਜੀਸੇ ਗਏ ਦਿਲ ਕਬਰાય ਠੀਕ ਨਹੀਂ ਕਿਸੇ ਨੂੰ ਲੱਗਾ ਪਰ ਉਹਨਾਂ ਨੂੰ ਲੱਗਦਾ ਕਿ ਇਹ ਤੋਂ ਵੱਡਾ ਤੇ ਇਹ ਤੋਂ ਤਰੰਤ ਕੋਈ ਹੋਰ ਇਨਸਾਫ ਗੰਗਾਰੂ ਕੋਰਟ ਵਾਂਗੂ ਕੋਈ ਹੋ ਨਹੀਂ ਸਕਦਾ ਤੇ ਇਹ ਅਸੀਂ ਤੇ ਬਹੁਤ ਹੀ ਵੱਡਾ ਮਾਣ ਵਾਲਾ ਸਿੱਖੀ ਦਾ ਸਿਰ ਉੱਚਾ ਕਰਨ ਵਾਲਾ ਕੰਮ ਕੀਤਾ ਇਹ ਜਿਹੜਾ ਵਰਸ਼ਨ ਹੈਗਾ ਉਹ ਸਾਡੇ ਨਿਆਂਗ ਸਹਿਬਾਨਾ ਦਾ ਹੈ ਪਰ ਨਿਆਂਗ ਸਹਿਬਾਨਾ ਨੇ ਜਿੱਥੇ ਬਾਕੀ ਵੀਡੀਓ ਨੂੰ ਮਾਰ ਕੇ ਕੁੱਟ ਕੇ ਗੁੱਟ ਕੱਟ ਕੇ ਉਸ ਉਹ ਦਿੱਤੀਆਂ ਨਾਲ ਕਮੈਂਟਰੀ ਦਿੱਤੀ ਸਾਰਾ ਕੁਝ ਦਿਖਾਇਆ ਇਹ ਵੀ ਤੇ ਪਹਿਲਾਂ ਵੀਡੀਓ ਬਣਾ ਲੀਦੇ ਕਿ ਉਹ ਚੁੱਕ ਕੇ ਜਾ ਰਿਹਾ ਸੀ ਜਾਂ ਕੀ ਲੈ ਜਾ ਰਿਹਾ ਸੀ ਕਿੱਥੋਂ ਕੀ ਕਰ ਰਿਹਾ ਸੀ ਫਿਰ ਇੱਕ ਲੋਕਾਂ 'ਚ ਸ਼ੰਕਾ ਨਾ ਰਹਿੰਦਾ ਹੁਣ ਉਹ ਆਪਣੇ ਆਪ 'ਚ ਸ਼ੰਕੇ ਦੇ ਆਧਾਰ 'ਤੇ ਸਾਰੇ ਗੇੜ ਦੇ ਚੱਕਰਾਂ 'ਚ ਹੈਗਾ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਹੁਣ ਸਰਕਾਰ ਜਿਹੜੀ ਰਿਕਵੈਸਟ ਕਹਿਤੀ ਗੱਲ ਕਹਿ ਰਿਹਾ ਉਹ ਇਸ ਪਾਸੇ 20 ਹੋ ਸਕਦੀ ਹੈ ਕਿ ਨਿਆਂਗੰਗ ਸਿੰਘ ਜਿਹੜੇ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਜਿਵੇਂ ਖਾਪ ਪੰਚਾਇਤਾਂ ਜਾਂ ਕਿਸਾਨਾਂ ਦਾ ਜਿਵੇਂ ਹੁਣ ਇੱਕ ਵੱਡਾ ਕੱਟ ਬਣਿਆ ਹੋਇਆ ਇਹ ਵੀ ਇੱਕ ਵੱਡਾ ਕੱਟ ਹੀ ਵੱਡੀ ਖਾਪ ਹੀ ਸਮਝ ਲਓ ਪੂਰੇ ਕਿਸਾਨਾਂ ਦੀ ਪੂਰੇ ਉੱਤਰ ਜਿਹੜੇ ਜਿਹੜੇ ਉੱਤਰੀ ਪੱਛਮੀ ਭਾਰਤ ਦੇ ਜਿਹੜੇ ਕਿਸਾਨ ਆ ਵੱਡੇ ਪੱਧਰ ਤੇ ਚ ਸ਼ਾਮਿਲ ਹੈ ਲਖਨਊ ਨੂੰ 26 ਤਰੀਕ ਨੂੰ ਵੱਡਾ ਕਾਪ ਪੰਚਾਇਤ ਹੋ ਰਹੀ ਹੈ ਜਿਹੜੀ ਵੱਡੀ ਪੰਚਾਇਤ ਮਹਾਪੰਚਾਇਤ ਕਉ ਖਾਪ ਪੰਚਾਇਤ ਦੀ ਮਹਾਪੰਚਾਇਤ ਕਿਸਾਨਾਂ ਦੀ ਹੋ ਰਹੀ ਹੈ ਇਹੋ ਜੀਆਂ ਮਹਾਪੰਚਾਇਤਾਂ ਹੋਰ ਵੀ ਹੋਣਗੀਆਂ ਤੇ ਉਹਨਾਂ ਨੂੰ ਰੋਕਣ ਲਈ ਇਹ ਸੋਚਿਆ ਜਾ ਰਿਹਾ ਸਰਕਾਰ ਵੱਲੋਂ ਵੀ ਆ ਬੰਦੇ ਬੈਠੇ ਆ ਜਿਹੜੇ ਉਹਨਾਂ ਨੂੰ ਕੰਮ ਦੇ ਸਕਦੇ ਆ ਕਿ ਕੁਝ ਤੁਸੀਂ ਇਧਰ ਨੂੰ ਜ਼ਿਆਦਾ ਚਲਾ ਲਓ ਉਹਦਾ ਦੋ ਫਾਇਦੇ ਸਰਕਾਰ ਨੂੰ ਇੱਕ ਤੇ ਸਿੱਖ ਬਦਨਾਮ ਹੁੰਦੇ ਆ ਇਹਦੇ ਨਾਲ ਵੀ ਆ ਦੇਖੋ ਵੀ ਇਹਨਾਂ ਦਾ ਤੇ ਆ ਦੂਜਾ ਚਿਹਰਾ ਵੀ ਦਾਨਵਵਾਦੀ ਚਿਹਰਾ ਵੀ ਹੈ ਮਾਨਵਵਾਦੀ ਚਿਹਰੇ ਦੇ ਨਾਲ ਨਾਲ ਜਿੱਥੇ ਪਾਰਪਕਾਰੀ ਆ ਹਿਬਤੀਆ ਸਾਰਾ ਇਹਨੇ ਲੜਾਕੂ ਤੇ ਜਜਾਰੂ ਹੈਗੇ ਆ ਔਰ ਕੁਰਬਾਨੀ ਵਾਲੇ ਹੈਗੇ ਪਰ ਨਾਲ ਨਾਲ ਆਹੋ ਜਿਹਾ ਕੰਮ ਵੀ ਕਰ ਲੈਂਦੇ ਉਹਦੇ ਨਾਲ ਸਿੱਖ ਸਿੱਖਾਂ ਦਾ ਯਾਨੀ ਖਾਸ ਕਰਕੇ ਜਿਹੜੇ ਮੂਵਮੈਂਟ ਅੰਦੋਲਨਕਾਰੀ ਆ ਉਹਨਾਂ ਨੂੰ ਕੜਿੱਕੇ ਚ ਫਸਾਉਣ ਵਾਲਾ ਇੱਕ ਮਸਾਲਾ ਖੜਾ ਕੀਤਾ ਜਾ ਰਿਹਾ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਦੂਜੇ ਪਾਸੇ ਕਿ ਕਿਸਾਨਾਂ ਨੂੰ ਕੋਸ਼ਿਸ਼ ਕਰਕੇ ਉਹਨਾਂ ਨੂੰ ਉੱਥੋਂ ਠਾ ਦੇਣਾ ਚਾਹੀਦਾ ਸੁਖਵਿੰਦਰ ਕਿਸਾਨਾਂ ਕੋਲ ਕਿਹੜੀ ਤਾਕਤ ਆ ਜੇ ਉਹ ਇੱਥੇ ਸਾਰਾ ਕੁਝ ਹੋਇਆ ਜੋ ਉਹਨਾਂ ਨੇ ਕੀਤਾ ਸਾਰਿਆਂ ਦੇ ਸਾਹਮਣੇ ਹੋਇਆ ਐਕਸ਼ਨਾਂ ਨੇ ਤੇ ਕਿਸਾਨਾਂ ਨੇ ਸ਼ਿਕਾਇਤ ਵੀ ਕਰ ਹਟੇ ਅੱਜ ਨਹੀਂ 6 ਮਹੀਨੇ ਪਹਿਲਾਂ ਰਾਜੇਵਾਲ ਉਹਨਾਂ ਨੇ ਸ਼ਿਕਾਇਤ ਪਬਲਿਕਲੀ ਕੀਤੀ ਸੀ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਉੱਠ ਜਾਓ ਤੇ ਜੇ ਸਰਕਾਰ ਸਮਝਦੀ ਹੈ ਕਿ ਇਹ ਉੱਥੇ ਠੀਕ ਨਹੀਂ ਹੈ ਉੱਥੇ ਉਹਨਾਂ ਦਾ ਡੇਰਾ ਤਾਂ ਫਿਰ ਉਹਨਾਂ ਨੂੰ ਖੁਦ ਆਪਣਾ ਕੋਈ ਨਾ ਕੋਈ ਇਹੋ ਜਿਹਾ ਐਕਸ਼ਨ ਲੈਣਾ ਚਾਹੀਦਾ ਜਨਤਾ ਨੂੰ ਜਨਤਾ ਦੇ ਨਾਲ ਨਹੀਂ ਲੜਾਉਣਾ ਚਾਹੀਦਾ ਕਿਸਾਨ ਵੀ ਇੱਕ ਅਪੀਲ ਕਰ ਸਕਦੇ ਆ ਬਾਕੀ ਕਿਸੇ ਨੂੰ ਕੁਝ ਨਹੀਂ ਬਾਕੀ ਜਨਤਾ ਦੀ ਕਚੈਰੀ ਵਿੱਚ ਸਭ ਕੁਝ ਓਪਨ ਹੈਗਾ ਪਰ ਇੱਕ ਗੱਲ ਇਹ ਦੇ ਵਿੱਚ ਜਿਹੜਾ ਖਤਰਾ ਬਣਦਾ ਜਿਹੜੀ ਤੁਹਾਡੀ ਚਿੰਤਾ ਵੀ ਹੈ ਜਿਹੜੀ ਸਾਡੀ ਚਿੰਤਾ ਵੀ ਹੈ ਜਿਹੜੀ ਸਮੁੱਚੇ ਅਮਨ ਪਸੰਦ ਤੇ ਕਿਸਾਨਾਂ ਨਾਲ ਜੁੜੀ ਜਨਤਾ ਦੀ ਵੀ ਹੈ ਕਿ ਕੀ ਇਹ ਇੱਕ ਦੁਬਾਰਾ ਉਹ ਜਿਹਾ ਗੇੜਤ ਨਹੀਂ ਸ਼ੁਰੂ ਕਰਤਾ ਜਾਊਗਾ ਅਤੰਕਵਾਦ ਵਾਲਾ ਹਮਲਾਵਾਰ ਔਰ ਤਿੰਨ ਮੁੱਦੇ ਤੇ ਕਿਸੇ ਪਾਸੇ ਰਹਿ ਜਾਣ ਉੱਥੇ ਹੋਰ ਹੀ ਕਿਸਮ ਦਾ ਮਾਹੌਲ ਬਣ ਜਾਏ ਐਸ ਕਿਸਮ ਦੀ ਕੋਈ ਨਾ ਕੋਈ ਸ਼ਾਜੇ ਸਰਕਾਰ ਵੱਲੋਂ ਹੋ ਸਕਦੀ ਆ ਜਿਹੜੀ ਕਾਲ ਦਿੱਤੀ ਹੈ ਕਿਸਾਨਾਂ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਗਿਣਤੀ ਚ ਬਾਜ਼ਾਰਾਂ ਤੇ ਪਹੁੰਚੋ ਉਹਨੂੰ ਐਵੇਂ ਨਾ ਜਾਣੋ ਹਾਲਾਂਕਿ ਵਾਢੀ ਦਾ ਸੀਜ਼ਨ ਆ ਝੋਨਾ ਵੱਡਿਆ ਜਾ ਰਿਹਾ ਮੰਡੀਆਂ ਚ ਝੋਨਾ ਵੇਚਣਾ ਆ ਕਾਫੀ ਬਿਜ਼ੀ ਸੀਜ਼ਨ ਆ ਪਰ ਇਹਦੇ باوجود ਵੀ ਇੱਕ ਵੱਡੇ ਸੈਕਸ਼ਨ ਨੂੰ ਉੱਥੇ ਪਹੁੰਚਣਾ ਪਊਗਾ ਉਹਦਾ ਇੱਕ ਨਾਲ ਜੁੜਦਾ ਕਾਰਨੇ ਵੀ ਹੈ ਕਿ ਇਸ ਇਸੇ ਗੱਲ ਨੂੰ ਨਾਲ ਜੋੜ ਕੇ ਜਿਹੜੀ ਮਾਰਚ ਦੇ ਵਿੱਚ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੈ ਬੀਜੇਪੀ ਜਾਂ ਉਹਨਾਂ ਦੇ ਜਿਹੜੇ ਉਹੋ ਜਿਹੇ ਬੰਦੇ ਆ ਨਿਆਈ ਜਾਂ ਉਹਨਾਂ ਦੇ ਵਕੀਲ ਉਹੋ ਜਿਹੇ ਜਿਹੜੇ ਬੰਦੇ ਐਡਵੋਕੇਟ ਕੋ ਸੁਪਰੀਮ ਕੋਰਟ ਦੇ ਹੈ ਉਹ ਪੂਰਾ ਐਕਟਿਵ ਹੋ ਗਿਆ ਕਿ ਦੇਖੋ ਜੀ ਸੜਕਾ ਠਾ ਅੱਗੇ ਵੀ ਇਹੋ ਜਿਹੇ ਆ ਚੁੱਕੇ ਆ ਸਟ੍ਰਿਕਚਰ ਇਹੋ ਜਿਹੇ ਆ ਚੁੱਕੇ ਆ ਕਿ ਤੁਸੀਂ ਹੁਣ ਸੜਕ ਦੇ ਉੱਤੋਂ ਖਾਲੀ ਕਰਾਓ ਕਿੰਨੀ ਕੀ ਦੇ ਰਿਹਾ ਲੋਕਾਂ ਨੂੰ ਬੜੀ ਤਕਲੀਫ ਹੁੰਦੀ ਆ ਯਾਨੀ ਕਿਸਾਨਾਂ ਦੀ ਤਕਲੀਫ ਤਕਲੀਫ ਨਹੀਂ ਜਿਹੜੇ 6-7 ਤੋਂ ਬੰਦੇ ਉੱਤੇ ਸ਼ਹੀਦ ਹੋ ਗਏ ਉਹਦੀ ਕੋਈ ਤਕਲੀਫ ਨਹੀਂ ਜਿਹੜੀ ਬਾਕੀ ਹੋ ਰਹੀ ਹੈ ਉਹ ਉੱਥੋਂ ਆਵਾਜਾਈ ਦੀ ਉਹ ਤਕਲੀਫ ਸਾਰਿਆਂ ਨੂੰ ਮੀਡਲ ਕਲਾਸ ਨੂੰ ਜਾਂ ਕਾਰਾਂ ਵਾਲਿਆਂ ਨੂੰ ਜਾਂ ਵੱਡੀਆਂ ਗੱਡੀਆਂ ਵਾਲਿਆਂ ਨੂੰ ਉਹ ਬਹੁਤ ਵੱਡੀ ਤਕਲੀਫ ਨਜ਼ਰ ਆ ਰਹੀ ਹੈ ਉਸ ਦਾ ਉਹ ਜਿਆ ਕੋਈ ਫੈਸਲਾ ਸੁਪਰੀਮ ਕੋਰਟ ਵੱਲੋਂ ਆ ਸਕਦਾ ਦਾ ਮੂਮੈਂਟ ਉਹ ਜਿਆ ਕੋਈ ਫੈਸਲਾ ਆਇਆ ਤੇ ਹੋ ਸਕਦਾ ਆਪਣੀ ਸ਼ਕਤੀ ਬਲ ਦਾ ਪ੍ਰਦਰਸ਼ਨ ਕਰਕੇ ਸਰਕਾਰ ਕਿਸੇ ਕਿਸਮ ਦੀ ਬੇਵਕੂਫੀ ਕਰੇ ਕਿਸੇ ਕਿਸਮ ਦੀ ਜਿਹੋ ਜੀ ਕਸ਼ਮੀਰ ਦੇ ਵਿੱਚ ਕੀਤੀ ਹੈ ਤੇ ਅੱਜ ਪ੍ਰਗਟ ਨਹੀਂ ਪੈ ਰਹੀ ਆ ਹੋ ਸਕਦਾ ਇਹੋ ਜਿਹਾ ਕੋਈ ਕਾਰਨਾਮਾ ਕਰੇ ਇਸ ਲਈ ਜਿੱਥੇ ਸਾਡੇ ਕਿਸਾਨ ਵੀਰਾਂ ਨੂੰ ਜਨਤਾ ਜਨਰਤਨ ਨੂੰ ਸਤਰਕ ਰਹਿਣਾ ਚਾਹੀਦਾ ਉੱਥੇ ਵਾਕਿਆ ਹੀ ਵੱਡੀ ਗਿਣਤੀ ਚ ਸਿੰਘੂ ਬਾਰਡਰ ਗਾਜੀਪੁਰ ਤੇ ਟਿਕਰੀ ਬਾਰਡਰ ਜਿੱਥੇ ਜਿੱਥੇ ਮੋਰਚੇ ਬੰਦੀ ਆ ਉੱਥੇ ਪਹੁੰਚਣਾ ਚਾਹੀਦਾ ਜਿਹੜਾ ਵੀ ਪਹੁੰਚ ਸਕਦਾ ਥੋੜਾ ਟਾਈਮ ਲਿ ਜਾਵੇ ਅਰੇਂਜਮੈਂਟ ਇਹੋ ਜੇ ਹੋਣੇ ਚਾਹੀਦੀ ਹੈ ਕਿ ਉਹ ਸਾਡੀ ਸ਼ੌਣੀ ਖਾਲੀ ਨਾ ਲੱਗੇ ਜਾਂ ਉੱਥੇ ਕੋਈ ਤਾਕਤ ਕੱਟ ਨਾ ਰਹੇ ਤਾਂ ਕਿ ਸਰਕਾਰ ਤੇ ਜਿਹੜਾ ਇੱਕ ਸਾਲ ਦਾ ਦਬਾਅ ਬਣਿਆ ਉਹ ਉਸੇ ਤਰ੍ਹਾਂ ਬਣਿਆ ਰਹੇ ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਦੀ 50 ਕਿਲੋਮੀਟਰ ਦੀ ਪੱਟੀ ਬਣਾ ਕੇ ਬੀਐਸਐਫ ਨੂੰ ਦੇ ਕੇ ਤੇ ਪੰਜਾਬ ਦੇ ਅੰਦਰ ਜਿਹੜੀ ਪੱਟੀ ਨਵੀਂ ਬਣਾਈ ਹੈ ਬਾਰਡਰ ਤੋਂ 50 ਕਿਲੋਮੀਟਰ ਤੱਕ ਤੇ ਕਦੀ ਇਹੋ ਜਿਹੇ ਕਾਰਨਾਮਾ ਸਿੰਘੂ ਬਾਰਡਰ ਤੇ ਕਰਕੇ ਕਿਸਾਨ ਮੂਵਮੈਂਟ ਨੂੰ ਬਦਨਾਮ ਕਰਕੇ ਤੇ ਉਹਨਾਂ ਲਈ ਨਵਾਂ ਇੱਕ ਏਜੰਡਾ ਖੜਾ ਕਰਕੇ ਇਹੋ ਜਿਹਾ ਡਾਈਵਰਸਨਰੀ ਟੈਕਟਿਕਸ ਵੀ ਤੇ ਉਹਨਾਂ ਨੂੰ ਆਪਸ ਵਿੱਚ ਭਾਈ ਮਾ ਜਿਹੜੇ ਆਪਸ ਵਿੱਚ ਭਰਾ ਮਾਰ ਜਿਹੜੀ ਇੱਕ ਕਿਸਮ ਦੀ ਖਾਨਾ ਜੰਗੀ ਛੇੜਨ ਵਾਲੀ ਵੀ ਸਰਕਾਰ ਆਪਣੀ ਕੋਈ ਘਨੌਣੀ ਚਾਲ ਚੱਲ ਸਕਦੀ ਹੈ ਜਿਸ ਤੋਂ ਸਾਰਿਆਂ ਨੇ ਸਤਾਰਕ ਰਹਿਣਾ ਚਾਹੀਦਾ ਹਾਂਜੀ ਸੁਖਵਿੰਦਰ ਬਿਲਕੁਲ ਬਿਲਕੁਲ ਪ੍ਰਵੇਸ਼ ਜਦੋਂ ਗੱਲ ਤਰਕ ਰਹਿਣ ਦੀ ਹੁੰਦੀ ਹੈ ਜੰਮੂ ਕਸ਼ਮੀਰ ਵਿੱਚ ਪਿਤੇ ਸਮੇਂ ਦੇ ਵਿੱਚ ਕੁਝ ਕਹਿ ਸਕਦੇ ਆ ਕਿ ਲਗਾਤਾਰ ਅੱਤਵਾਦੀ ਹਮਲੇ ਹੋਣਾ ਪਿੱਛੇ ਜੇ ਸਿਵਿਲIANS ਨੂੰ ਮਾਰਨਾ ਜਾਂ ਇੱਕ ਫਿਰਕੇ ਨੂੰ ਜਾ ਕਸ਼ਮੀਰ ਦੇ ਵਿੱਚ ਨੋਨ ਕਸ਼ਮੀਰ ਜਿਹੜੇ ਕਸ਼ਮੀਰੀਆਂ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਤੇ ਲਿਆਉਣਾ ਇਹਨਾਂ ਘਟਨਾਵਾਂ ਦਾ ਵਧਣਾ ਪਾਸੇ ਬੀਐਸਐਫ ਦਾ ਦਾਇਰਾ ਵਧਾਉਣਾ ਇਹਨੂੰ ਕਿਦਾਂ ਦੇਖਦੇ ਹੋ ਹਾਲਾਂਕਿ ਨਿਤਿਸ਼ ਕੁਮਾਰ ਹੋਣਾ ਨੇ ਵੀ ਚਿੰਤਾ ਜਤਾਈ ਕਰਨੀ ਨਹੀਂ ਇਹ ਤੇ ਸਾਰੇ ਹਨ ਬੰਦੇ ਜਿਸ ਤਰ੍ਹਾਂ ਹੁੰਦੇ ਆ ਵੀ ਕਈ ਨਾ ਪ੍ਰੋਫੈਸ਼ਨਲ ਬੰਦੇ ਹੁੰਦੇ ਆ ਵੀ ਜਿੱਥੇ ਵੀ ਭੋਗਾਂ ਤੇ ਵੀ ਜਾਣਾ ਹੀ ਆ ਕਿਉਂਕਿ ਉੱਥੇ ਬਣੀ ਬਣਤੀ ਸੰਗਤ ਮਿਲ ਜਾਂਦੀ ਆ ਵਿਆਹਾਂ ਤੇ ਜ਼ਰੂਰ ਜਾਣਾ ਇਹੋ ਜੇ ਕਈ ਪੋਲੀਟੀਸ਼ੀਅਨ ਹੁੰਦੇ ਇਹੋ ਜਿਹੇ ਪੋਲੀਟਿਸ਼ੀਨਰ ਨੇ ਹੈ ਵੀ ਜਿੱਥੇ ਵੀ ਉਹਨਾਂ ਦੇ ਲੋਕਾਂ ਨੂੰ ਲੋਕਾਂ ਦੇ ਮਾਨਸਿਕਤਾ ਨੂੰ ਪ੍ਰਭਾਵਿਤ ਕਰ ਸਕਦੇ ਉੱਥੇ ਉਹਨਾਂ ਨੇ ਪਹੁੰਚਣਾ ਹੀ ਪਹੁੰਚਣਾ ਸੱਤਵਲ ਹੁਣ ਨਿੱਤ ਸਿੱਧਾ ਕੰਮ ਵੀ ਤੁਸੀਂ ਆਪਣੀ ਸਟੇਟ ਦੀ ਇੰਨੀ ਡਿਵੈਲਪਮੈਂਟ ਕੀਤੀ ਹੋਵੇ ਤੇ ਕੀ ਐਡੀ ਵੱਡੇ ਪੱਧਰ ਤੇ ਲੋਕ ਜਗਾ ਜਗਾ ਕੇਰਲਾ ਤੱਕ ਮਜ਼ਦੂਰੀ ਕਰਨ ਲਈ ਨਿਕਲ ਲਗੇ ਅਸਾ ਪੰਜਾਬ ਦਾ ਜਦੋਂ ਦਾ ਗ੍ਰੀਨ ਰੈਵਿਊਲੂਸ਼ਨ ਹੋਇਆ ਮੇਰੀ ਆਪਣੀ ਸਟੱਡੀ ਆ ਸਨ 77 ਤੋਂ ਲੈ ਕੇ ਆਨਵਰਡ ਬਿਹਾਰ ਤੋਂ ਸਭ ਤੋਂ ਵੱਧ ਮਜ਼ਦੂਰ ਪੰਜਾਬ ਦੇ ਅੰਦਰ ਆਉਂਦੇ ਰਹੇ ਆ ਵੀ ਜੇ ਤੁਸੀਂ ਉੱਥੇ ਖੇਤੀ ਬਾੜੀ ਠੀਕ ਜਾਂ ਭੂਮੀ ਸੁਧਾਰ ਜੇ ਨੂੰ ਲੈਂਡ ਰਿਫਾਰਮ ਆ ਵੱਡੇ ਵੱਡੇ ਜ਼ਗੀਬਦਾਰਾਂ ਭੂਮੀ ਦਾ ਮੈਨਾਂ ਠਾਤਰਾਂ ਤੋਂ ਜ਼ਮੀਨ ਲੈ ਕੇ ਇੰਨਾ ਗਰੀਬਾਂ ਚ ਵੰਡੀ ਹੁੰਦੀ ਤਾਂ ਫੇਰ ਇੰਨਾ ਜ਼ਿਆਦਾ ਸੰਕਟਤ ਨਾ ਇਨੀ ਲੇਬਰਤ ਨਾ ਬਾਹਰ ਆਉਂਦੀ ਸਾਰੇ ਦੇਸ਼ ਦੇ ਵਿੱਚ ਲੇਬਰ ਜਿਹੜੀ ਘੁੰਮਦੀ ਉਹਦਾ ਤੇ ਨੀਤੇ ਚ ਕੋਈ ਜਵਾਬ ਨਹੀਂ ਦਿੰਦਾ ਕਿਉਂਕਿ ਉੱਥੇ ਦੋ ਜਿਹੜੀ ਕਿ ਬਹੁਤ ਮਾੜੀ ਗੱਲ ਐ ਸੀ ਨਿੰਦਦੇ ਆ ਬੜੇ ਸਖਤ ਸ਼ਬਦਾਂ ਚ ਨਿੰਦਦੇ ਆ ਕਿ ਜਿਹੜੀ ਵੀ ਉੱਥੇ ਕਿਸੇ ਵੀ ਕਿਸਮ ਦੀ ਭਾਵੇਂ ਉਹ ਫੌਜ ਕਿਸੇ ਕਿਸਮ ਦੇ ਸਿਵਿਲਿਅਨ ਨੂੰ ਨਜਾਇਜ਼ ਮਾਰਦੀ ਹੈ ਜਾਂ ਜਿਹੜੇ ਅੱਤਵਾਦੀ ਅਤੰਕੀ ਆ ਜਿਹੜੇ ਉਹ ਸਿਵਿਲIANS ਨੂੰ ਮਾਰ ਰਹੇ ਆ ਇਵਨ ਜਿਹੜਾ ਫੌਜ ਦੇ ਬੰਦਿਆਂ ਨੂੰ ਮਾਰਨਾ ਉਹ ਵੀ ਬੰਦੇ ਹੀ ਐ ਇਸ ਕਿਸਮ ਦੀਆਂ ਜਿਹੜਾ ਉਥੇ ਮੌਤ ਦਾ ਇੱਕ ਤੰਡਵ ਨਾਚ ਮੌਤਾਂ ਦਾ ਚੱਲ ਰਿਹਾ ਇਹ ਬੰਦ ਹੋਣਾ ਚਾਹੀਦਾ ਇਹਦੇ ਨਾਲ ਨਾ ਤੇ ਵਿਕਾਸ ਹੁੰਦਾ ਨਾ ਲੋਕ ਸ਼ਾਂਤੀ ਦੇ ਨਾਲ ਜੀ ਸਕਦੇ ਆ ਨਾ ਲੋਕ ਕਿਸੇ ਕਿਸਮ ਦੀ ਆਪਣੀ ਮਾਨਸਿਕ ਜਿਹੜੀ ਇੱਕ ਸ਼ਾਂਤੀ ਹੁੰਦੀ ਆ ਕੋਈ ਨਾ ਪੜ੍ਹਾਈ ਹੋਵੇ ਨਾ ਨਾਟ ਵਪਾਰ ਹੋਵੇ ਨਾ ਕੋਈ ਉੱਥੇ ਟੂਰਿਸਟ ਜਾਣ ਉਹਨਾਂ ਦਾ ਤੇ ਸਾਰੀ ਇਕਨੋਮੀ ਉਸੇ ਗੱਲ ਤੇ ਤੇ ਕਾਫੀ ਕੁਛ ਇਹਦੇ ਨਾਲ ਸਖਵਿੰਦਰ ਖਾਸ ਕਰ ਕਸ਼ਮੀਰ ਦਾ ਤੇ ਅਜਾੜੇ ਵਾਲੀ ਹਾਲਤ ਪਹੁੰਚਦੀ ਜਿਹੜਾ ਲੇਟੈਸਟ ਹੋਇਆ ਇਹ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਕਿ ਇਹ ਇਥੇ ਹੀ ਪਹੁੰਚਣਾ ਸੀ ਜੰਮੂ ਕਸ਼ਮੀਰ ਤੇ ਲਦਾਖ ਇਹ ਤਿੰਨ ਐਥਨਿਕ ਪਛਾਣਾਂ ਹੈਗੀਆਂ ਜਿਹੜੀ ਤਿੰਨੇ ਹੀ ਇਕੱਠੇ ਸੀਗੇ ਇੰਨੀ ਦੇਰ ਤੋਂ ਕੀ ਲੋਡ ਸੀ ਸੈਂਟਰ ਨੂੰ ਇਹ ਜਾ ਕੇ ਪੰਗੇ ਲੈਣ ਦੀ ਇਹਦਾਖਾ ਅਲੱਗ ਕਰਤਾ ਫਿਰ ਜੰਮੂ ਤੇ ਕਸ਼ਮੀਰ ਨੂੰ ਅਲੱਗ ਕਰਤਾ ਫਿਰ ਉਹਨਾਂ ਦੀਆਂ ਯੂਨੀਅਨ ਟੈਰੀਟਰੀ ਬਣਾਤੀਆਂ ਦਿੱਲੀ ਦੇ ਸਿੱਧਾ ਸਿੱਧਾ ਅਧੀਨ ਕਰਤਾ ਕਿ ਅਗਲੇ ਤੇ ਇਹੀ ਸੋਚਣਗੇ ਮੈਂ ਇਹ ਵੇਖਣ ਦੀ ਗੱਲ ਕਰਦਾ ਕਿ ਇੱਕ ਵੱਡਾ ਮੋਟਾ ਚੂਹਾ ਸੀਗਾ ਬਿੱਲੀ ਨੇ ਘੇਰ ਲਿਆ ਚੂਹੇ ਨੂੰ ਲੱਗਾ ਕਿ ਮੈਂ ਲੱਗਾ ਮਾਰਨ ਤਾਂ ਉਹਨੇ ਇਹੋ ਜਿਹਾ ਹਮਲਾ ਕੀਤਾ ਬਿੱਲੀ ਅੱਗੇ ਅੱਗੇ ਭੱਜ ਗਈ ਬਿੱਲੀ ਨੂੰ ਭਜਦਿਆਂ ਨੇ ਰਾਤੀਏ ਚੂਹਾ ਖਾਜੂ ਜਿੱਦੋਂ ਘਿਰ ਜਾਂਦਾ ਜਿਵੇਂ ਮੋਦੀ ਸਰਕਾਰ ਹੁਣ ਘਿਰੀ ਹੋਈ ਹੈ ਕਾਰੇ ਪਾਸੋਂ ਦਿੱਲੀ ਨੂੰ ਘੇਰਿਆ ਇੱਕ ਤੇ ਉਹ ਇਹੋ ਜਿਹੇ ਹਮਲੇ ਕਰ ਰਹੀ ਆ ਆਪਣੀ ਘਬਰਾਟ ਚ ਕਿ ਮੈਨੂੰ ਇਹਨਾਂ ਨੇ ਛੱਡਣਾ ਨਹੀਂ ਕਿਸਾਨਾਂ ਨੇ ਇਹੀ ਗੱਲ ਕਸ਼ਮੀਰੀਆਂ ਦੀ ਆ ਜਿਹੜੇ ਕਸ਼ਮੀਰੀ ethnicities ਮੈਂ ਮੁਸਲਮਾਨ ਹਿੰਦੂਸੇ ਖੋਦ ਹੀ ਨਹੀਂ ਗੱਲ ਕਰ ਰਿਹਾ ਜਿਹੜੇ ਕਸ਼ਮੀਰੀ ethnic ਆ ਤੇ ਉਹ ਜ਼ਿਆਦਾਤਰ ਤੇ ਉਹ ਮੁਸਲਮਾਨ ਹੀ ਹੈ ਉਹ ਸਾਰੇ ਇਹਨੇ ਬਾਗੀ ਸਰਾਂ ਦੇ ਵਿੱਚ ਆ ਆਰ ਪਾਰ ਦੀ ਲੜਾਈ ਆ ਕਸ਼ਮੀਰੀ ਮੁਸਲਮਾਨਾਂ ਨੂੰ ਬਾਕੀ ਦੇ ਮੁਸਲਮਾਨ ਵੀ ਜਿਹੜੇ ਸਾਡੇ ਸਾਰੇ ਦੇਸ਼ ਦੇ ਆ ਜਾ ਇਵਨ ਪਾਕਿਸਤਾਨੀ ਪੰਜਾਬੀ ਮੁਸਲਮਾਨ ਆ ਜਿਹੜੇ ਉਹਨਾਂ ਨੂੰ ਕੁਛ ਲੈਣਾ ਦੇਣਾ ਨਹੀਂ ਆ ਮੈਂ ਜਾ ਕੇ ਪੁੱਛਿਆ ਉਹਨਾਂ ਨੂੰ ਉਹ ਮੈਂ ਕਿਹਾ ਜੀ ਉੱਥੇ ਸਾਰੀ ਦੇਸ਼ ਦੇ ਵਿੱਚ ਜਿਹੜਾ ਸਿਟੀਜ਼ਨਸ਼ਿਪ ਐਮੈਂਡਮੈਂਟ ਦਾ ਐਕਟ ਜਿਹਦੇ ਵਿੱਚ ਮੁਸਲਮਾਨਾਂ ਨੂੰ ਨਹੀਂ ਉੱਥੇ ਰਾਹਤ ਦੇਣੀ ਲੱਗ ਕਿਸਮ ਦੀ ਸਿਟੀਜ਼ਨਸ਼ਿਪ ਗਲਤ ਐਕਟ ਬਣ ਗਿਆ ਉਹ ਕਹਿੰਦਾ ਜੀ ਅਸੀਂ ਕੀ ਲੈਣਾ ਉਥੇ ਭਾਰਤ ਦਾ ਹੈਗਾ ਉਹ ਤਾਂ ਹਿੰਦੁਸਤਾਨ ਦਾ ਹੈ ਜਣੀ ਉਹ ਪਹਿਲਾਂ ਹੀ ਆਪੇ ਆਪ ਨੂੰ ਅਲੱਗ ਸਮਝਦੇ ਸੀ ਤੇ ਆਹ ਕੰਮ ਕਰਕੇ ਅਸੀਂ ਹੋਰ ਉਹਨਾਂ ਨੂੰ ਪਰਾਂ ਤੱਕ ਦਿੱਤਾ ਹੁਣ ਉਹ ਕਸ਼ਮੀਰੀ ਇਹ ਸਮਿਧੀਆ ਆਰਪਾਰ ਦੀ ਲੜਾਈ ਕਸ਼ਮੀਰ ਸਿਰਫ ਕਸ਼ਮੀਰੀਆਂ ਦਾ ਇਹ ਕੀ ਕਹਿੰਦੇ ਸੀ ਅਸੀਂ ਜੀ ਸ਼ਾਂਤੀ ਕਰਾਂਗੇ ਰਜਗਾਰ ਦੇਵਾਂਗੇ ਪੰਚਾਇਤਾਂ ਨੂੰ ਫੰਡ ਦੇਵਾਂਗੇ ਉਹਨਾਂ ਨੇ ਸਰਪੰਚ ਮਾਰਨੇ ਸ਼ੁਰੂ ਕਰਤੇ ਲੋਕੀ ਹੁਣ ਜ਼ਮੀਨਾਂ ਖਰੀਦ ਲੈਣਗੇ ਉਹ ਕਹਿੰਦੇ ਤੁਸੀਂ ਤੇ ਮਕਾਨ ਵੀ ਕਿਰਾਏ ਤੇ ਲੈ ਕੇ ਦੇਖੋ ਇੱਥੇ ਕੋਈ ਡਰਦਾ ਉੱਥੇ ਜਾ ਨਹੀਂ ਰਿਹਾ ਕਿ ਇੱਕ ਵੀ ਏਕੜ ਕਿਸੇ ਨੇ ਖਰੀਦੀ ਜਾ ਕੇ ਕਿੰਨੇ ਏਕੜ ਰਜਗਾਰ ਦੇ ਦਿੱਤਾ ਕੋਈ ਸ਼ਾਂਤੀ ਹੋਈ ਕਿੰਨਾ ਕੋ ਹੋਰ ਸਾਰਾ ਕੰਮ ਯਾਨੀ ਵਾੜਾ ਕਿੰਨਾ ਵੱਡੇ ਪੱਧਰ ਤੇ ਪਾਉਣਾ ਹੋਵੇ ਕਿੰਨਾ ਲੋਕਾਂ ਦਾ ਜਿਹੜਾ ਇਹੋ ਜਿਹਾ ਜਾਨੀ ਤੇ ਮਾਲੀ ਨੁਕਸਾਨ ਕਰਾਉਣਾ ਹੋਵੇ ਇਹਦੀ ਜਿਹੜੀ ਨਾ ਟੈਕਨੋਲੋਜੀ ਉਹ ਮੋਦੀ ਤੇ ਅਮਿਤ ਸ਼ਾਹ ਤੋਂ ਸਿੱਖਣੀ ਚਾਹੀਦੀ ਹੈ ਨਾਲ ਅਜੀਤ ਡਵਾਲ ਤੋਂ ਜਿਹੜਾ ਉਹਨਾਂ ਦਾ ਸਲਾਹਕਾਰ ਆ ਐਨਐਸਏ ਨੈਸ਼ਨਲ ਸਕਿਉਰਿਟੀ ਡਿਪਾਇਟਮੈਂਟ ਇਹ ਅੱਜ ਕਸ਼ਮੀਰ ਜਿਹੜਾ ਐਨ ਇੱਕ ਪੱਠ ਵਿੱਚ ਝੋਕ ਦਿੱਤਾ ਜਿੱਥੇ ਰੋਜ਼ ਮੌਤਾਂ ਦੀਆਂ ਖਬਰਾਂ ਆਉਂਦੀਆਂ ਇਹ ਬਹੁਤ ਹੀ ਦੁਖਦਾਈ ਗੱਲ ਹੈ ਜਿੰਨੀ ਦੇਰ ਜਿੰਨੀ ਦੇਰ ਅਸੀਂ ਸ਼ਾਂਤੀ ਵੱਲ ਨਹੀਂ ਚੱਲਦੇ ਉੱਥੇ ਇਹੀ ਕੁਝ ਰਹੂਗਾ ਅਫਸੋਸ ਹੈ ਕਿ ਗਰੀਬ ਕੌਣ-ਕੌਣ ਮਾਰੇ ਗਏ मूंगफਲੀ ਵੇਚਣ ਵਾਲਾ ਗੋਲ ਗੱਪੇ ਵੇਚਣ ਵਾਲਾ ਕਾਰਪੈਂਟਰ ਮਾਰਿਆ ਗਿਆ ਉਹ ਵਿਚਾਰੇ ਭੱਜੇ ਜਾਂਦੇ ਉੱਥੋਂ ਫਿਰ ਪਹਿਲਾਂ ਟੀਚਰ ਮਾਰਤੀ ਪੰਜਾਬੀ ਟੀਚਰ ਸਪਿੰਦਰ ਕੌਰ ਫਿਰ ਉਹ ਦੀਪਕ ਇੱਕ ਉਹ ਵੀ ਜੰਮੂ ਦੇ ਸੀਗੇ ਦੋਵੇਂ ਉਹਨਾਂ ਨੂੰ ਮਾਰਤਾ ਯਾਨੀ ਜਿਹੜੇ ਵੀ ਨੌਨ ਕਸ਼ਮੀਰੀ ਕਹਿ ਲੋ ਤੁਸੀਂ ਉਹ ਕਸ਼ਮੀਰ ਕਸ਼ਮੀਰੀਆਂ ਦਾ ਜਿੱਤਨਾ ਇੱਥੇ ਖਾਲਿਸਤਾਨ ਦਾ ਪੂਰਾ ਬੋਲਬਾਲਾ ਜਾ ਹੋ ਗਿਆ ਸੀ ਜਾਣ-ਬੁੱਝ ਕੇ ਚੰਗੀਆਂ ਭਲੀਆਂ ਪੀਡੀਪੀ ਨੈਸ਼ਨਲ ਕਾਨਫਰੰਸ ਜਿਹੜੀਆਂ ਵੀ ਸਰਕਾਰਾਂ ਬਣਦੀਆਂ ਸੀ ਟੁੱਟੀਆਂ ਲੋਕ ਤੇ ਉਹਨਾਂ ਨੂੰ ਵੀ ਨਹੀਂ ਸੀ ਪਸੰਦ ਕਰਦੇ ਪਰ ਸਰਕਾਰਾਂ ਦੇ ਚੱਲਦੀਆਂ ਸੀ ਇੱਕ ਦਿੱਲੀ ਦੇ ਨਾਲ ਬ੍ਰਿਜ ਤੇ ਬਣਿਆ ਸੀ ਤੋੜ ਕੇ ਉਹ ਮਾਰਿਆ ਹੁਣ ਤੂੰ ਕੌਣ ਤੇ ਮੈਂ ਕੌਣ ਇਹ ਤੇ ਸਟੇਟ ਸਪੌਂਸਰਡ ਸਟੇਟ ਇਮਪੋਜ਼ਡ ਉੱਥੇ ਦਾ ਇੱਕ ਕਿਸਮ ਦਾ ਅਤੰਕਵਾਦ ਹੋ ਗਿਆ ਤੇ 50 ਕਿਲੋਮੀਟਰ ਵਾਲੀ ਜਿਹੜੀ ਪੱਟੀ ਇੱਥੇ ਬੀਐਸਐਫ ਬਿਠਾਈ ਆ ਇਹ ਵੀ ਉਧਰ ਨੂੰ ਹੀ ਕਦਮਿਆ ਇਹਦਾ ਮਤਲਬ ਇੱਕ ਪਾਸੇ ਸਿੰਘੂ ਬਾਰਡਰ ਦੇ ਉੱਤੇ ਨਿਆਂਗਾਂ ਦੇ ਕਾਰਨਾਮੇ ਔਰ ਦੂਜੇ ਪਾਸੇ 50 ਕਿਲੋਮੀਟਰ ਦੀ ਪੱਟੀ ਇਹ ਕੀ ਇਹਦਾ ਮਤਲਬ ਆ ਇਹਦਾ ਮਤਲਬ ਇਹ ਆ ਕਿ ਅੱਗੇ ਗਾਂ ਚੋਣਾ 2022 ਦੀਆਂ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇਹ ਆ ਕਿ ਕਿਸਾਨ ਮੂਵਮੈਂਟ ਤੋਂ ਧਿਆਨ ਹਟਾ ਕੇ ਦੂਜੇ ਪਾਸੇ ਜਾਂ ਤੇ ਰਾਜਨੀਤੀ ਵੱਲ ਲਜਾਇਆ ਜਾਏ ਜਾਂ ਕੋਈ ਲੋਕ ਫਿਰ ਦੁਬਾਰਾ ਸਿੱਖ ਜਿਹੜੇ ਖਾੜਕੂ ਬਾਦ ਉਸ ਕਿਸਮ ਦੀ ਮੂਵਮੈਂਟ ਖੜੀ ਹੋ ਜੇ ਕਿ ਦੇਖੋ ਜੀ ਸਿੱਖਾਂ ਨਾਲ ਆਮਲਾ ਸਿੱਖ ਹੈਂ ਜੀ ਕਰਦੇ ਹੁਣ ਚੱਲ ਪਿਆ ਇੱਕ ਸਿੱਖਾਂ ਦੇ ਵਿੱਚ ਅਜੇ ਵੀ ਕੁਝ ਕੁ ਗਰੁੱਪ ਇਹੋ ਜਿਹੇ ਆ ਜਿਹੜੇ ਕਹਿੰਦੇ ਵੀ ਇਧਰ ਨਾਲ ਤੇ ਵੱਡਾ ਕੋਈ ਇਨਸਾਫ ਹੋ ਹੀ ਨਹੀਂ ਸੀ ਸਕਦਾ ਜੋ ਕੀਤਾ ਜਿਹੜੇ ਸਿੱਖੀ ਦੇ ਫਲਸਫੇ ਨੂੰ ਕੋਟ ਕਰਕੇ ਕਰ ਰਿਹਾ ਕਿਹੜਾ ਇਹਨਾਂ ਨੇ ਕਿੱਥੋਂ ਕੀ ਸਿੱਖਿਆ ਸਾਨੂੰ ਤੇ ਸਮਝ ਸਾਡੀ ਸਮਝ ਤੋਂ ਬਾਹਰ ਆ ਇਸ ਲਈ ਇਹ ਸਾਰਾ ਮਾਹੌਲ ਉਸ ਮੂਵਮੈਂਟ ਤੋਂ ਧਿਆਨ ਹਟਾ ਕੇ ਤੇ ਦੂਜੇ ਪਾਸੇ ਲਿਜਾਣ ਵੱਲ ਹੈ ਇਹ আর ਦੂਜਿਆਂ ਨਾਲ ਨਾਲ ਮੈਂ ਲਾਸਟ ਗੱਲ ਇਹ ਕਹਿਣੀ ਚਾਹੁੰਨਾ ਕਿ ਜੇ 50 ਕਿਲੋਮੀਟਰ ਵਾਲੀ ਬੀਐਸਐਫ ਦੇ ਹੱਥ ਵਿੱਚ ਪੰਜਾਬ ਨੂੰ ਦੇਣ ਦੀ ਜਿਹੜੀ ਬਾਰਡਰ ਤੋਂ ਪੱਟੀ ਦੇਣ ਵਾਲੀ ਗੱਲ ਹੈਗੀ ਜੇ ਇਹਦੇ ਤੇ ਤੁਰੰਤ ਚੰਨੀ ਨੇ ਚਰਨਜੀਤ ਸਿੰਘ ਚੰਨੀ ਨੇ ਜਾਂ ਕਾਂਗਰਸ ਨੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਜਾਂ ਤੁਰੰਤ ਵਿਧਾਨ ਸਭਾ ਬੁਲਾ ਕੇ ਕੁਝ ਚਰਚਾ ਨਾ ਕੀਤੀ ਤਾਂ ਫਿਰ ਇਹ ਗੱਲ ਵੀ ਇਨ੍ਹਾਂ ਦੇ ਖਾਤੇ ਪੈ ਜਾਊਗੀ ਇਹ ਗੱਲ ਚਰਜੀਤ ਚੰਨੀ ਸਮਝ ਲੈਣ ਔਰ ਦੂਸਰਾ ਇਹਦਾ ਰਿਜ਼ਲਟ ਇਹ ਨਿਕਲੂਗਾ ਕਿ ਇੱਥੇ ਨਵਾਂ ਕਸ਼ਮੀਰ ਬਣਾਉਣ ਦੀ ਕਸ਼ਮੀਰ ਵਰਗੇ ਹਾਲਾਤ ਬਣਾਉਣ ਦੀ ਬੁਨਿਆਦ ਖੜੀ ਕਰ ਦਿੱਤੀ ਜਾਊਗੀ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹਾਂਜੀ ਬਿਲਕੁਲ ਦੇਖੋ ਇੰਨੀਆਂ ਗੰਭੀਰ ਜਿਹੜੀਆਂ ਸਮੱਸਿਆਵਾਂ ਦੇ ਬਾਵਜੂਦ ਪ੍ਰੋਫੈਸਰ ਸਾਹਿਬ ਪੰਜਾਬ ਦੀ ਕਾਂਗਰਸ ਸਰਕਾਰ ਲੋਕ ਵੀ ਦੇਖ ਰਹੇ ਨੇ ਕਿ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਖੈਰਵਾਜ਼ੀ ਲਾਲੋ ਖਾਣਾ ਜੰਗੀ ਲਾਲੋ ਉਹ ਜਾਰੀ ਹੈ ਜਨੀਸ਼ ਸਾਹਿਬ ਕਦੇ ਸਿੱਧੂ ਸਾਹਿਬ ਨੂੰ ਮਨਾਉਂਦੇ ਨੇ ਸਿੰਦੂ ਸਾਹਿਬ ਦੀ ਹਾਰੀ ਚੌਧਰੀ ਦੇ ਨਾਲ ਮੁਲਾਕਾਤਾਂ ਹੋ ਰਹੀਆਂ ਨੇ ਤੇ ਇਹਦੇ ਵਿਚਾਰੇ ਜਿਹੜੇ ਮੁੱਦੇ ਜਾਂ ਜਿਨ੍ਹਾਂ ਦੇ ਉੱਤੇ ਲੋਕ ਚਾਹੁੰਦੇ ਸਟੈਂਡ ਸਪਸ਼ਟ ਕਰਕੇ ਸਰਕਾਰ ਘਟੂ ਘਟ ਪੰਜਾਬ ਨੂੰ ਤਾਂ ਚੱਲਦਾ ਕਰੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਦਾਂ ਲੱਗ ਰਿਹਾ ਹੈ ਕਿ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਪੰਜਾਬ ਜਿਹੜਾ ਉਹ ਲਵਾਰਸ ਜਾਂ ਨਜ਼ਰ ਆ ਰਿਹਾ ਹੈ ਇਹ ਕਹਿ ਸਕਦੇ ਆਪਾਂ ਜਿਵੇਂ ਦੀ ਇਹਨਾਂ ਦੀ ਆਪਸ ਦੇ ਵਿੱਚ ਕਹਿਵਾਜੀ ਚੱਲ ਰਹੀ ਹੈ ਨਹੀਂ ਲਵਾਰਸ ਨਹੀਂ ਕਿਹਾ ਜਾ ਸਕਦਾ ਮੈਂ ਤੇ ਕਹਿੰਨਾ ਆਪਾਂ ਇਸੇ ਚੈਨਲ ਤੇ ਗੱਲ ਕੀਤੀ ਸੀ ਜਿੱਦਣ ਚੰਨੀ ਬਣਿਆ ਸੀ ਕਿੰਨਾ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੀ ਤੇ ਚੰਨੀ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਿਹਾ ਆਪਾਂ ਇਕਦਮ ਉਸ ਹਾਂ ਉਹ ਹੋ ਸਕਦਾ ਹੈ ਇਸ ਕੰਮ ਦੇ ਦੌਰਾਨ ਕੁਝ ਗਲਤੀਆਂ ਵੀ ਕਰੇ ਇਹ ਨਹੀਂ ਹੈ ਕਿ ਗਲਤੀਆਂ ਨਹੀਂ ਕਰੂਗਾ ਕੁਝ ਕੀਤੀਆਂ ਵੀ ਹੈਗੀਆਂ ਮਾਈਨਰ ਹੈਗੀਆਂ ਪਰ ਲੋਕ ਉਹਦਾ ਨੋਟਿਸ ਲੈ ਰਹੇ ਆ ਜਿਵੇਂ ਹੁਣ ਆਹੀ ਕਿ ਜਿਹੜਾ ਇਹ ਦੋਸ਼ ਲੱਗ ਰਿਹਾ ਕਿ ਉੱਥੇ ਜਾ ਕੇ 50 ਕਿਲੋਮੀਟਰ ਦੀ ਪੱਟੀ ਇਹ ਜਾ ਕੇ ਦਸਕ ਰਿਹਾ ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਇਹ ਸਰ ਪਾਰਟੀ ਮੀਟਿੰਗ ਦੇ ਕਾਰਨ ਪ੍ਰੈਸ ਕਾਨਫਰੰਸ ਆ ਇਕੱਲਾ ਬਿਆਨ ਦੇ ਨਾਲ ਨਹੀਂ ਹੋਊਗਾ ਆ ਕੇ ਅਸੈਂਬਲੀ ਦੇ ਵਿੱਚ ਰਿਜ਼ੋਲਵ ਕਰਕੇ ਭੇਜਣ ਕਿ ਇਹੋ ਜੀਆਂ ਚੀਜ਼ਾਂ ਨੂੰ ਤੁਸੀਂ ਐਵੇਂ ਹਲਕੇ 'ਚ ਨਹੀਂ ਲੈਣਾ ਚਾਹੀਦਾ ਜਿੱਥੋਂ ਤੱਕ ਸਵਾਲ ਆ ਸਿੱਧੂ ਸਾਹਿਬ ਦਾ ਸਿੱਧੂ ਸਾਹਿਬ ਦਾ ਜਿਹੜਾ ਮਾਈਂਡ ਸੈਟ ਆ ਪੋਲਿਟਿਕਲ ਨਹੀਂ ਹੈਗਾ ਉਹ ਉਹ ਉਹਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਆ ਲੋਕਾਂ 'ਚ ਪਪੂਲਰ ਆ ਔਰ ਦਿਵੰਗ ਹੈ ਚੰਗਾ ਸਟੇਜ ਦਾ ਕਲਾਕਾਰ ਹੈ ਬੋਲਣ ਲੱਗਿਆ ਅੱਗਾ ਪਿੱਛਾ ਨਹੀਂ ਵੇਖਦਾ ਦੇ ਤਾੜੀ ਠੋਕੋ ਤਾੜੀ ਉਹ ਲੋਕਾਂ ਨੂੰ ਚੰਗਾ ਲੱਗਦਾ ਸਵਾਲ ਹੈ ਕਿ ਜੇ ਤੁਸੀਂ ਪ੍ਰਧਾਨ ਕਾਂਗਰਸ ਦੇ ਬਣਿਆ ਉਥੇ ਇੱਕ ਰਾਜਨੀਤਿਕ ਪੋਸਟ ਆ ਔਰ ਉਹਦੇ ਤੇ ਗਾਂ ਆਉਣ ਆਉਂਦੇ ਸਾਲ ਤੁਸੀਂ ਆਪਣਾ ਪ੍ਰਧਾਨ ਰਾਹੁਲ ਗਾਂਧੀ ਨੂੰ ਥਾਪਣਾ ਹੈ ਤੇ ਉਹਦੀ ਥੱਲੇ ਭੂਮਿਕਾ ਗਰਾਊਂਡ ਤਿਆਰ ਕਰਨੀ ਚਾਹੀਦੀ ਹੈ ਉਧਰ ਨੂੰ ਨਾ ਕਰਕੇ ਉਹ ਦੂਜਾ ਕਿੜਬਾਜੀ ਜਈ ਚ ਗੱਲ ਜ਼ਿਆਦਾ ਚੱਲ ਰਹੀ ਹੈ ਇਹਦਾ ਨੁਕਸਾਨ ਕਾਂਗਰਸ ਨੂੰ ਹੋਊਗਾ ਪੰਜਾਬ ਦੇ ਲੋਕਾਂ ਨੂੰ ਤੇ ਹੋਊਗਾ ਹੋਊਗਾ ਕਿ ਏ ਜੀ ਬਦਲੋ ਡੀ ਜੀ ਪੀ ਬਦਲੋ ਜੋ ਹੋ ਗਿਆ ਹੋ ਗਿਆ ਐਡਾ ਕਿਹੜੀ ਗੱਲ ਹੈ 100 ਦਿਨ ਦੇ ਅੰਦਰ ਕਿਹੜਾ ਉਥੇ ਕੀ ਗੰਜੇ ਨੇ ਨਾਉਣਾ ਕੀ ਨਿਚੋੜਨਾ ਉਥੇ ਕਿੰਨਾ ਕਿੰਨਾ ਕੰਮ ਵੱਧ ਤੋਂ ਵੱਧ ਕੁਝ ਨੁਕਝ ਆਰਡਰ ਕੁਝ ਰਿਜ਼ੋਲਵ ਕੁਝ ਕੈਬਨਟ ਦੇ ਫੈਸਲੇ ਹੋਣਗੇ ਲਾਗੂ ਕਿੰਨੇਕ ਹੁੰਦੇ ਕਿੰਨੇ ਨਹੀਂ ਹੁੰਦੇ ਤੇ ਇੰਨੇ ਕ ਸਮੇਂ ਚ ਬਿਊਰੋਕ੍ਰੇਸੀ ਨੂੰ ਕਿੰਨਾ ਕ ਕੰਨ ਖਿੱਚ ਕੇ ਉਹਨਾਂ ਦੇ ਕੰਮ ਕਰਵਾ ਲਿੰਦੇ ਆ ਮਿਨਿਸਟਰ ਸਾਹਿਬਾਨ ਤਾਂ ਉਹਨੇ ਕੋ ਹੋ ਜਾਣਗੇ ਕਾਫੀ ਵੈਸੇ ਹੀ ਇਨਾ ਓੱਖਾ ਕੰਮ ਹੈ ਤੇ ਚਾਹੀਦਾ ਇਹ ਹੈ ਕਿ ਇਨਾਂ ਦੋਵਾਂ ਦੇ ਵਿੱਚ ਕੋਈ ਆਪਸੀ ਮਾੜਾ ਮੋਟਾ ਵਰਕਿੰਗ ਰਿਲੇਸ਼ਨ ਪ੍ਰਧਾਨ ਔਰ ਚੀਫ ਮਿਨਿਸਟਰ ਦੇ ਵਿਚਾਲੇ ਵਿਚਾਲੇ ਸਿੱਧੂ ਔਰ ਚੰਨੀ ਦੇ ਵਿੱਚ ਬਣ ਜਾਏ ਤਾਂ ਚੰਗੀ ਗੱਲ ਆ ਅੱਗੇ ਤੇਰੇ ਭਾਗ ਲੱਛੀ ਅੱਗੇ ਫਿਰ ਕੀ ਹੈ ਜੇ ਨਹੀਂ ਕੁਝ ਹੋਊਗਾ ਤੇ ਪੰਜਾਬ ਦਾ ਜਿੰਨਾ ਕਿ ਇਹ ਰਲ ਮਿਲ ਕੇ ਸਾਰੇ ਲੋਕ ਵਿਗਾੜ ਚੁੱਕੇ ਆ ਇਹ ਤੋਂ ਗਾਂਹ ਹੋਰ ਕੀ ਵਿਗਾੜਨਗੇ ਲੋਕ ਤੇ ਫਿਰ ਜੇ ਪਹਿਲਾਂ ਹੀ ਵੱਡੇ ਅੰਦੋਲਨਾਂ ਨੇ ਦੇ ਰਾਹ ਤੇ ਚੱਲ ਚੁੱਕੇ ਆ ਹਾਂਜੀ ਬਿਲਕੁਲ ਬਿਲਕੁਲ ਮੇਰਾ ਆਖਰੀ ਸਵਾਲ ਆ ਪ੍ਰੋਫੈਸਰ ਸਾਹਿਬ ਕੇ ਰਾਮ ਰਹੀਮ ਨੂੰ ਇੱਕ ਵਾਰ ਫੇਰ ਇੱਕ ਹੋਰ ਕੇਸ ਦੇ ਵਿੱਚ ਉਮਰ ਕੈਦ ਹੋ ਗਈ ਹੈ ਕਤਲ ਕਾਰਡ ਸੀ ਰਣਜੀਤ ਸਿੰਘ ਦਾ ਪਿੱਛੇ ਜੇ ਚਰਚਾਵਾਂ ਸੀ ਕਿ ਸ਼ਾਇਦ ਇਹਨੂੰ ਬਾਹਰ ਲਿਆਉਣ ਦੇ ਲਈ ਐਕਸਰਸਾਈਜ਼ ਕੋਈ ਚੱਲ ਰਹੀ ਹੈ ਕਦੇ ਹਸਪਤਾਲ ਲੈ ਜਾਣਾ ਕਦੇ ਮਾਂ ਦਾ ਹਾਲ ਪੁੱਛਣ ਲਈ ਲੈ ਜਾਣਾ ਚਹਿਤ ਕਦੇ ਹਰਿਆਣਾ ਆਬੇ ਨਾਲ ਖੱਟਰ ਸਾਹਿਬ ਦੇ ਨਾਲ ਕੋਈ ਗਿੱਟਮਟ ਹੋ ਗਈ ਪਰ ਹੁਣ ਸਾਰਾ ਕੁਝ ਉਲਟ ਜਾ ਪ ਰਿਹਾ ਇਧਰਲੇ ਪਾਸੇ ਉਧਰ ਸਰਸਤੇ ਦੇ ਬਿਲਕੁਲ ਨਾਲ ਐਲਨਾਬਾਦ ਦੇ ਵਿੱਚ ਜਿਹੜੀ ਉੱਥੋਂ ਦੀ ਜਿੰਮੀਚੋਂ ਵੀ ਹੋ ਰਹੀ ਹੈ ਇਹਨੂੰ ਸਾਰੇ ਨੂੰ ਕਿੱਦਾਂ ਦੇਖ ਦਿਓ ਦੇਖੋ ਜਮੀਨੀ ਚੌਂਣ ਤੇ ਚਲੋ ਜਿਹੋ ਜੀ ਹੋਣੀ ਹੋਣੀ ਆ ਜਿਹੜਾ ਇਹ ਕੁਝ ਹੋ ਰਿਹਾ ਮੈਂ ਉਹ ਡੇਰੇ ਤੇ ਗਿਆ ਆਇਆ ਮੈਂ ਨਾਮਧਾਰੀਆਂ ਦੇ ਸਰਸੇ ਚ ਵੀ ਬੜਾ ਵੱਡਾ ਇੱਕ ਐਸਐਫ ਫਾਰਮ ਆ ਉੱਥੇ ਵੀ ਗਿਆ ਆਇਆ ਇਹਨਾਂ ਦੇ ਵੀ ਗਿਆ ਹੋਰ ਵੀ ਸਾਰਾ ਕੁਝ ਮੈਂ ਇੱਥੇ ਰਾਧਾ ਸਵਾਮੀਆ ਦਾ ਵੀ ਉੱਥੇ ਡੇਰਾ ਹੈਗਾ ਉਹਨਾਂ ਦੀ ਵੀ ਕਾਫੀ ਜ਼ਮੀਨ ਹੈ ਮੈਂ ਉੱਥੇ ਵੀ ਦੇਖਿਆ ਮੈਂ ਲੈਂਡ ਰਿਫਾਰਮ ਤੇ ਉਹਦੋਂ ਕੰਮ ਕਰਦਾ ਸੀ ਮੈਨੂੰ ਇਨਾਂ ਸਾਰੇ ਸਾਧਾਂ ਸੰਤਾਂ ਦੇ ਡੇਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਵੇਖੋ ਗੱਲ ਬੜੀ ਸਾਫ਼ ਹੈ ਕਿ ਜਿਹੜਾ ਸੱਚਾ ਸੌਦਾ ਵੇਚਦੇ ਸੀ ਇਹਨਾਂ ਨੂੰ ਸੱਚਾ ਸੌਦਾ ਕਹਿੰਦੇ ਆ ਡੇਰਾ ਹਾਂ ਰਾਮ ਰਹੀਮ ਜੀ ਨਾਮ ਵੀ ਦੇਖੋ ਕਿੰਨਾ ਸੁਣਾ ਕੰਪੋਜ਼ਿਟ ਨਾਮ ਆ ਰਾਮ ਤੇ ਰਹੀਮ ਜੋੜ ਕੇ ਨਾਲ ਸਿੰਘ ਇਹਦਾ ਮਤਲਬ ਇਹ ਸੀ ਕਿ ਤਿੰਨ ਧਰਮ ਤੇ ਜੋੜੇ ਹੀ ਦਿੱਤੇ ਕਿ ਕਿੱਡਾ ਵੱਡਾ ਇੱਕ ਬਾਹਰੋਂ ਅੱਛਾ ਕਈ ਚੰਗੇ ਕੰਮ ਵੀ ਕੀਤੇ ਕੁਝ ਪ੍ਰੋਸਟੀਚੂਟਸ ਨੂੰ ਜਿਹੜਾ ਰੀਹੈਬਿਲੀਟੇਟ ਕਰਨਾ ਇਹੋ ਜਿਹੀ ਕੋਈ ਮੈਂ ਨਹੀਂ ਕਹਿੰਦਾ ਉਹਨਾਂ ਨੇ ਚੰਗੇ ਇੱਕ ਦਿਨ ਲਿਸਟ ਆਈ ਸੀ ਕਾਫੀ ਚੰਗੇ ਕੰਮ ਵੀ ਕੀਤੇ ਪਰ ਕੰਮਾਂ ਦੇ ਨਾਲ ਨਾਲ ਇਹ ਰਾਮ ਪ੍ਰਹੀਮ ਦੇ ਬਾਰੇ ਆਪਾਂ ਨਾ ਭੁੱਲੀਏ ਕਿ ਉਹ ਹੀ ਸ਼ਖਸ਼ ਮਹਾਰਾਜ ਜੀ ਹਨ ਜਿਨ੍ਹਾਂ ਦੇ ਗੋਡੇ ਹਰ ਲੀਡਰ ਫੜ ਕੇ ਆਇਆ ਹੋਇਆ ਫੋਟੋਆਂ ਹੈਗੀਆਂ ਤੁਸੀਂ ਵੀ ਦੇਖਿਆ ਸਾਰਿਆਂ ਨੇ ਦੇਖੀ ਕੀ ਬਾਦਲਾਂ ਦੇ ਕੀ ਹੋਰ ਨਾ ਦੇ ਜਦੋਂ ਉਹਨਾਂ ਨੂੰ ਕਹਿੰਦੇ ਸੀ ਵੀ ਹਾਕ ਹੀ ਕੰਮ ਕਰਦੇ ਆ ਤੁਸੀਂ ਤੇ ਇਹ ਕਹਿੰਦੇ ਸੀ ਵੀ ਹੁਣ ਜਿੱਥੇ ਵੋਟਾਂ ਸਾਡਾ ਤੇ ਫਰਜ ਹੈ ਉੱਥੇ ਜਾ ਕੇ ਜਿੱਥੇ ਬੇਰ ਲੱਗੇ ਆ ਉੱਥੇ ਪੱਥਰ ਮਾਰੋਗੇ ਕੋਈ ਬੇਰ ਡਿੱਗੂਗਾ ਜਿੱਥੇ ਖਾਲੇ ਖਾਲੀ ਉਥੇ ਸੁਖੀ ਤੁਹਾਨੂੰ ਡਰਾਕਟ ਦੇ ਉੱਤੇ ਸਿਰ ਤੇ ਵੱਟਾ ਮਾਰੋਗੇ ਤੇ ਆਪਣੇ ਸਿਰ ਤੇ ਲੱਗਣਾ ਉੱਥੋਂ ਹੀ ਛੱਡਣਾ ਇਹ ਇੱਕ ਸੈਂਪਲ ਹੈਗਾ ਤੁਹਾਡੇ ਸਾਹਮਣੇ ਅਸਰਾਮ ਨੂੰ ਛੱਡ ਦਿਓ ਤੁਸੀਂ ਉਹ ਅਲੱਗ ਕੇਸ ਹੈਗਾ ਰਾਮ ਰਹੀਮ ਨੂੰ ਛਤਰਪਤੀ ਦੇ ਕੇਸ ਦੇ ਵਿੱਚ ਵੀ ਹੈਨਾ ਉਹ ਮਰਡਰ ਕੇਸ ਆ ਉਹਦੇ ਵਿੱਚ ਵੀ ਸਜ਼ਾ ਫੇਰ ਇਹ ਦੋ ਆਪਣੀਆਂ ਹੀ ਚੇਲੀਆਂ ਦੇ ਰੀਪ ਦੇ ਵਿੱਚ ਉਮਰ ਕੈਦ ਆ ਤੇ ਅੱਜ ਇੱਕ ਹੋਰ ਉਮਰ ਕੈਦ ਆ ਆਪਣੇ ਡਰਾਈਵਰ ਰਣਜੀਤ ਸਿੰਘ ਨੂੰ ਮਾਰਨੀ ਉਹ 31 ਲੱਖ ਰੁਪਏ ਜੁਰਮਾਨਾ ਵੀ ਹੈਗਾ ਜਿਹਦੇ ਚੋਂ ਅੱਧਾ ਪੈਸਾ ਉਹਦੇ ਬੱਚੇ ਨੂੰ ਦੇਣਾ ਹੁਣ ਇਹ ਬਾਬਾ ਜੀ ਉਹ ਵਾ ਕਿ ਉੱਥੇ ਉਹਨਾਂ ਨੇ ਸਬਜ਼ੀ ਸੁਬਜੀ ਬੀਜੀ ਹੁੰਦੀ ਸੀ ਕਿ ਜਿਹੜੀ ਚੀਜ਼ ਨੂੰ ਉਂਗਲ ਬੈਂਗਣ ਨੂੰ ਹੱਥ ਲਾ ਦੇਣ ਉਹ ਬੈਂਗਣ ਭਾਵੇਂ 1000 ਰੁਪਏ ਦਾ ਇੱਕ ਵੇਚ ਲੋ ਭਾਵੇਂ 10000 ਦਾ ਵੇਚ ਲੋ ਤੇ ਯਾਨੀ ਉਹ ਬੈਂਗਣ ਸਬਜ਼ੀ ਨਹੀਂ ਸੀ ਉਹ ਸੋਨੇ ਦਾ ਬਣ ਜਾਂਦਾ ਸੀ ਇਸ ਕਿਸਮ ਦੇ ਪ੍ਰਭਾਵ ਇਸ ਕਿਸਮ ਦੇ ਲੋਕਾਂ ਦੇ ਵਿੱਚ ਭਰਮ ਭਾਪ ਪਾਲ ਦੇਣਾ ਬਾੜ ਦੇਣਾ ਕਿ ਬਾਬਾ ਜੀ ਇੱਕ ਉਹ ਸ਼ਕਤੀ ਵਾਲੇ ਹੈਗੇ ਆ ਕਿ ਰੱਬ ਨਾਲੋਂ ਵੀ ਜ਼ਿਆਦਾ ਸ਼ਕਤੀ ਇੰਨਾ ਕੋਲ ਹੈ ਕੁਝ ਵੀ ਕਰ ਸਕਦੇ ਹੁਣ ਅਜੇ ਵੀ ਮੈਂ ਤੁਹਾਨੂੰ ਦੱਸਾਂ ਜਿਹੜੇ ਉਹਨਾਂ ਦੇ ਫਾਲੋਅਰ ਹੈਗੇ ਉਹ ਅਜੇ ਵੀ ਇਹ ਮਹਿਸੂਸ ਕਰਦੇ ਆ ਕਿ ਸਾਰਾ ਠੱਗਾ ਉਹਨਾਂ ਨਾਲ ਇਹ ਸਰਕਾਰਾਂ ਇੰਜ ਹੈ ਇਹ ਸਿਸਟਮ ਹੀ ਇੰਜ ਹੁੰਦਾ ਜਦੋਂ ਤੁਸੀਂ ਅੰਧਵਿਸ਼ਵਾਸੀ ਹੋ ਜਨਿਆਂ ਭਾਵੇਂ ਉਹ ਪੱਥਰਾਂ ਦੇ ਪਿੱਛੇ ਚਲੇ ਜਾਓ ਭਾਵੇਂ ਤੁਸੀਂ ਕਿਸੇ ਦਰਖਤ ਦੇ ਪਿੱਛੇ ਚਲੇ ਜਾਓ ਭਾਵੇਂ ਗਾਂ ਦੇ ਪਿੱਛੇ ਚਲੇ ਜਾਓ ਉੱਤੇ ਜਾਂ ਤੁਸੀਂ ਕਿਸੇ ਬਾਬੇ ਦੇ ਪਿੱਛੇ ਚਲੇ ਜਾਓ ਲੋਕ ਜਦੋਂ ਅੰਧ ਅੰਧਵਿਸ਼ਵਾਸੀ ਹੋ ਜਾਂਦੇ ਤੇ ਉਹਦੇ ਰਿਜ਼ਲਟ ਇਹੋ ਜਿਹੇ ਨਿਕਲਦੇ ਆ ਤੇ ਜਿਨ੍ਹਾਂ ਦਾ ਜਿਹੜੇ ਅੱਗੇ ਲੀਡਰ ਬਣੇ ਜਾਂਦੇ ਆ ਉਹਨਾਂ ਦੀਆਂ ਮੌਜਾਂ ਹੀ ਮੌਜਾਂ ਪਾਉਂਵਾਰਾਂ ਕਿਉਂਕਿ ਉਹ ਫਿਰ ਜਦੋਂ ਇੱਕ ਅਰੀ ਪਰਦਾ ਅੱਖਾਂ ਤੇ ਅਕਲ ਤੇ ਪੈ ਜਾਂਦਾ ਫਿਰ ਉਹ ਮੌਜਾਂ ਕਰਦੇ ਕਿਉਂਕਿ ਉਹਨਾਂ ਨੂੰ ਕੋਈ ਦੇਖ ਨਹੀਂ ਸਕਦਾ ਇਹ ਤੇ ਰਾਮ ਰਹੀਮ ਦਾ ਵੱਡਾ ਲੈਸਨ ਆ ਸਾਡਾ ਰਿਜ਼ਲਟ ਇਹਦੇ ਚੋਂ ਇਹ ਕੱਢਣਾ ਚਾਹੀਦਾ ਪਈ ਇਹੋ ਜਿਹੇ ਜਿਹੜਾ ਆ ਰਾਜਨੀਤਿਕ ਲੋਕਾਂ ਦੀ ਛਤਰਛਾਇਆ ਦੇ ਨਾਲ ਉਹਨਾਂ ਦੀ ਬੈਕਅਪ ਦੇ ਨਾਲ ਉਹਨਾਂ ਵੱਲੋਂ ਹਰ ਕਿਸਮ ਦੀ ਜ਼ਮੀਨ ਦੇਣੀ ਹੋਰ ਸਹੂਲਤਾਂ ਦੇਣੀਆਂ ਪੈਸਾ ਦੇਣਾ ਕਈ ਕੁਝ ਕਰਨਾ ਔਰ ਉੱਥੇ ਜਾ ਕੇ ਗੀੜੇ ਮਾਰ ਮਾਰ ਕੇ ਉਹਨਾਂ ਦਾ ਰੁਤਬਾ ਵਧਾਉਣਾ ਅ ਚੰਨੀ ਸਾਹਿਬ ਵੀ ਗੀੜੇ ਮਾਰ ਰਹੇ ਆ ਕਈ ਜਗ੍ਹਾ ਪੈਸੇ ਪੂਸੇ ਵੀ ਅੱਜ ਦੇ ਕੇ ਆਏ ਆ ਉੱਥੇ ਪੇ 50 ਲੱਖ ਰੁਪਇਆ ਕਿਸੇ ਦੇ ਕੇ ਆਇਆ ਕਿਤੇ ਨਾ ਕਿਤੇ ਪਈ ਸਰਕਾਰੀ ਪੈਸਾ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਆ ਇਹ ਧਰਮ ਸਾਰਿਆਂ ਦਾ ਪ੍ਰਾਈਵੇਟ ਜਦ ਤੱਕ ਨਹੀਂ ਰੱਖੋਗੇ ਤੁਸੀਂ ਕੀ ਵੱਢੀ ਦੇਣੀ ਸ਼ੁਰੂ ਕਰ ਪਈ ਆ ਮੈਂ ਉਸ ਸੰਸਾ ਦੇ ਨਹੀਂ ਵਿਰੋਧ ਹੈਗਾ ਫਿਰ ਤੁਸੀਂ ਜੇ ਇੱਕ ਜਗ੍ਹਾ ਦਿੱਤਾ ਸਾਰਿਆਂ ਨੂੰ ਦਿਓ ਸਾਰਿਆਂ ਹੀ ਬਾਬਿਆਂ ਨੂੰ ਦਿਓ ਦਰਬਾਰ ਸਾਹਿਬ ਤੇ ਵੀ 10 ਕਰੋੜ ਦੇ ਦਿਓ ਜਾਂ 100 ਕਰੋੜ ਦੇ ਦਿਓ ਜੇ 500 ਕਰੋੜ ਬਾਬੇ ਦੇ ਨਾਨਕ ਦੇ 550ਵੇਂ ਜਨਮ ਦਿਨ ਤੇ ਦੇ ਸਕਦੇ ਆ ਸਰਕਾਰ ਖਰਚ ਕਰ ਸਕਦੀ 500 ਕੋਰ ਕਰੋੜ ਦੇ ਕਰੀਬ ਕਰੀਬ ਤੇ ਦੇ ਦਿਓ ਕਿਤੇ ਫੰਡ ਹੋਰ ਦੇ ਦਿਓ ਯਾਨੀ ਲੋਕਾਂ ਨੂੰ ਨੌਕਰੀ ਨਹੀਂ ਦਰਦਰ ਤੁਹਾਡੇ ਨੌਜਵਾਨ ਪਟਕਦੇ ਫਿਰਦੇ ਆ ਤੁਹਾਡੇ ਸਕੂਲਾਂ ਕਾਲਜਾਂ ਦੀ ਹਾਲਤ ਬੁਰੀ ਆ ਭਰਤੀਆਂ ਤੁਸੀਂ ਕਰਮੀਆਂ ਨਹੀਂ ਹਸਪਤਾਲਾਂ ਦੇ ਵਿੱਚ ਬੁਰਾ ਹਾਲ ਆ ਤੇ ਹੱਸ ਪਾਸੇ ਨੂੰ ਚੱਲ ਪੈਂਦੀ ਆ ਵੋਟਾਂ ਇਕੱਠੀਆਂ ਕਰਨ ਮੇਰਾ ਇਹ ਕਹਿਣਾ ਕਿ ਇਹ RAM REEM ਤੋਂ ਸਿੱਖਣ ਵਾਲੀ ਗੱਲ ਇਹ ਆ ਕਿ ਜੋ ਕੱਲ ਤੱਕ ਬਾਬਾ ਸੀਗੇ ਉਹ ਅੱਜ ਮਹਾਦੋਸ਼ੀ ਔਰ ਉਮਰ ਪਾਰਲੀ ਜੇਲਾਂ ਦੀ ਸਜ਼ਾ ਕੱਟਣ ਲਈ ਉੱਥੇ ਬਿਠਾਤੇ ਆ ਕੋਰਟ ਨੇ ਜੇ ਸਾਡਾ ਮਾੜਾ ਮੋਟਾ ਵੀ ਕੋਰਟਾਂ 'ਚ ਵਿਸ਼ਵਾਸ ਹੈਗਾ ਤੇ ਬਾਕੀ ਬਾਬਿਆਂ ਦੇ ਵੀ ਸਾਡੇ ਰਾਜਨੀਤਿਕ ਲੋਕਾਂ ਨੂੰ ਨਾ ਤੇ ਬਹੁਤੀ ਸਪੋਰਟ ਕਰਨੀ ਚਾਹੀਦੀ ਉਹ ਆਪਣੇ ਤੌਰ ਤੇ ਕਰਨ ਜੋ ਸੇਵਾ ਕਰ ਰਹੇ ਕਰਨ ਜੀ ਸਦਕੇ ਮੈਂ ਤੇ ਇਨਾ ਬਾਬੇ ਬਾਰੇ ਵੀ ਰਾਮਰੀ ਬਾਰੇ ਵੀ ਕਹਿੰਨਾ ਉਹਨਾਂ ਚੰਗੇ ਕੰਮ ਕੀਤੇ ਬਾਕੀ ਵੀ ਕਰੀ ਜਾਣ ਪਰ ਰਾਜਨੀਤਿਕ ਲੋਕ ਆਪਣਾ ਲਾਹਾ ਲੈਣ ਲਈ ਇਹ ਉਹਦੀਆਂ ਚੀਜ਼ਾਂ ਨੂੰ ਜ਼ਿਆਦਾ ਉਤਸ਼ਾਹਤ ਨਾ ਕਰਨ ਇਹਦੇ ਨਾਲ ਸਮਾਜ ਕਮਜ਼ੋਰ ਪੈਂਦਾ ਤੇ ਲੋਕਾਂ ਦਾ ਵਿਚਾਰ ਵੀ ਕਮਜ਼ੋਰ ਪੈਂਦਾ ਜੀ ਸ਼ੁਕਰੀਆ ਪ੍ਰੋਫੈਸਰ ਸਭ ਧੰਨਵਾਦ ਤੁਹਾਡਾ ਬਹੁਤ ਬਹੁਤਾਂ ਦਾ ਸ਼ੁਕਰੀਆ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਸੋ ਮੇਰੇ ਨਾਲ ਮੌਜੂਦ ਸਰ ਨੇ ਉਹ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਗਾਲਵਾਤ ਅਸੀਂ ਕੀਤੀ ਹੈ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਪਾਕਿਸਤਾਨੀ ਅੰਦੋਲਨ ਤੋਂ ਲੈ ਕੇ ਰਾਮ ਰਹੀਮ ਨੂੰ ਸਜ਼ਾ ਤੱਕ ਜਨਪਦੀ ਸਿਆਸਤ ਕੀ ਬੀਤ ਰਹੀ ਹੈ ਕੋਵਿਡ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਤਾਕਤ ਪੰਜਾਬ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ